ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਅਤੇ ਇਸ ਟਾਈਮ ਜੀ ਪ੍ਰਸ਼ਾਦਾ ਚੱਲੀ ਜਾ ਰਿਹਾ ਜੀ, ਤੁਹਾਨੂੰ ਦਿਖਾਉਂਦੇ ਹਾਂ ਜੀ ਸੰਘਰਸ਼ ਦੀ ਉਹ ਰਾਤ ਜਿਹੜੀ ਠੰਡੀ ਵੀ ਬਹੁਤ ਆ ਅਤੇ ਜਿਹੜੀ ਬਾਰਿਸ਼ ਵੀ ਬਹੁਤ ਹੋ ਰਹੀ ਹੈ ਜਿਹਦੇ ਵਿੱਚ, ਅਤੇ ਸੰਘਰਸ਼ ਦੀ ਰਾਤ ਦੇ ਵਿੱਚ ਦੇਖੋ ਮੀਂਹ ਪੈ ਰਿਹਾ ਪੂਰਾ ਚਾਰੇ ਪਾਸੇ ਜਲ ਥਲ ਹੋਇਆ ਪਿਆ। ਦੋ ਤਿੰਨ ਘੰਟੇ ਹੋ ਗਏ ਕਰੀਬ ਮੀਂਹ ਪੈਂਦਿਆਂ ਨੂੰ। ਪਲੀਜ਼ ਸ਼ੇਅਰ ਕਰੋ ਅੱਗੇ ਸਾਰੇ ਜਣਿਆਂ ਨੂੰ ਤਾਂ ਜੋ ਇਸ ਦਿਖਾ ਸਕੀਏ ਇਸ ਟਾਈਮ ਸਾਡੇ ਬਜ਼ੁਰਗ ਸਾਡੇ ਬੱਚੇ ਸਾਡੇ ਭੈਣਾਂ ਸਾਡੇ ਭਰਾ ਕਿੰਨੇ ਮੁਸ਼ਕਲ ਦੇ ਵਿੱਚ ਇਹ ਸੰਘਰਸ਼ ਲੜ ਰਹੇ ਨੇ। ਅਤੇ ਥੱਲੇ ਪਾਣੀ ਹੈ ਜਿਹੜਾ ਜਲ ਥਲ ਹੋ ਗਿਆ ਪੂਰਾ ਖੜ ਚੁੱਕਿਆ ਵਾ ਸਾਰੇ ਪਾਸੇ ਹੀ ਗਾਰਾ ਹੀ ਗਾਰਾ ਹੋ ਗਿਆ। ਸ਼ੇਅਰ ਕਰ ਦਿਓ ਜੀ, ਸਿਰਫ ਪਤਾ ਨਹੀਂ ਤਾਂ ਲੋਕਾਂ ਦਾ ਇੰਟਰਸਟ ਘੱਟ ਰਿਹਾ ਜੀ ਇਸ ਟਾਈਮ, ਅਤੇ ਯਾਨੀ ਕਿ ਅੱਗੇ ਹਜ਼ਾਰ ਹਜ਼ਾਰ ਦੋ ਦੋ ਹਜ਼ਾਰ ਬੰਦਾ ਜੁੜ ਜਾਂਦਾ ਸੀਗਾ ਦੇਖਣ ਲੱਗ ਜਾਂਦਾ ਸੀਗਾ ਜਿਹਦੇ ਜਦੋਂ ਲਾਈਵ ਹੋਈਦਾ ਸੀਗਾ। ਗੱਲੇ ਗਲਾਣੇ ਦੇ ਵਿੱਚ ਪ੍ਰਸ਼ਾਦਾ ਛਕਾਈ ਜਾਂਦੇ ਹਾਂ ਅਤੇ ਯਾਨੀ ਕਿ ਬਹੁਤ ਦਿੱਕਤ ਆ ਰਹੀ ਆ, ਪਰ ਕਿਰਪਾ ਬਾਬਾ ਜੀ ਦੀ ਮਿਹਰ ਆ ਬਾਬਾ ਜੀ ਦੀ। ਦੇਖੋ ਆ ਕਿੱਦਾਂ ਲੋਕ ਇੱਥੇ ਆ ਪਾਣੀ ਥੋੜ੍ਹੇ ਥੋੜ੍ਹੇ ਟਾਈਮ ਬਾਅਦ ਕੱਢਣਾ ਪੈਂਦਾ ਵਾ। ਕਨੈਕਸ਼ਨ ਵੀ ਵੀਕ ਹੋ ਜਾਂਦਾ ਜੀ, ਕੱਟਿਆ ਜਾਂਦਾ ਕਨੈਕਸ਼ਨ ਥੋੜ੍ਹੇ ਥੋੜ੍ਹੇ ਟਾਈਮ ਬਾਅਦ। ਅਤੇ ਵੀਰਾਂ ਨੂੰ ਬੇਨਤੀ ਆ ਵੀ ਫੋਨ ਆਈ ਜਾਂਦਾ ਵਿੱਚ ਵਾਰ ਵਾਰ, ਭਾਈ ਫੋਨ ਨਾ ਕਰੋ। ਬਾਪੂ ਇੱਧਰ ਹੋ ਜਾਓ, ਓਹੋ ਬਾਪੂ ਦੇ ਉੱਤੇ ਪਾਣੀ। ਉਹ ਬਾਈ ਆਵਾਜ਼ ਮਾਰ ਕੇ ਕੱਢਿਆ ਕਰੋ ਪਾਣੀ। ਔਰ ਬਾਪੂ ਤੇ ਬਾਈ ਸਾਰਾ ਡੁੱਲ ਗਿਆ। ਬਾਪੂ ਨੂੰ ਇੱਥੋਂ ਜੈਕਟ ਲੈ ਕੇ ਦੇ, ਹੁਣ ਗਰਮ ਜੈਕਟ ਲੈ ਕੇ ਦੇ ਬਾਈ, ਲੋਈ ਦੇ ਦੇ ਯਾਰ। ਬਾਪੂ ਲੋਈ ਲੈ ਲੈ ਅੰਦਰੋਂ। ਓਹੋ ਬਾਪੂ ਦੇ ਵਿਚਾਰੇ ਦੇ ਉੱਤੋਂ ਪਾਣੀ ਪੈ ਗਿਆ। ਨਿਕਲ ਚੱਲੋ ਬਾਬਾ, ਆਹ ਬਾਰਿਸ਼ ਬਹੁਤ ਜ਼ਿਆਦਾ ਪੈ ਰਹੀ ਹੈ ਜੀ ਇਸ ਟਾਈਮ, ਬਹੁਤ ਜ਼ਿਆਦਾ। ਵਾਹਿਗੁਰੂ ਵੀ ਇਮਤਿਹਾਨ ਲੈ ਰਿਹਾ ਜੀ ਸਾਡਾ ਸਾਰਿਆਂ ਦਾ। ਉਹ ਕਲਗੀਆਂ ਵਾਲਾ ਵੀ ਦੇਖ ਰਿਹਾ ਵਾ ਅਸੀਂ ਕਿੰਨੇ ਕੁ ਪਾਣੀ ਦੇ ਵਿੱਚ ਹਾਂ, ਕਿੰਨਾ ਕੁ ਸਾਡਾ ਸਿਰੜ ਤਕੜਾ ਵਾ, ਉਹ ਵੀ ਦੇਖ ਰਿਹਾ ਸਾਨੂੰ। ਅਸੀਂ ਭਾਈ ਮਤੀ ਦਾਸ ਦੇ ਅਤੇ ਭਾਈ ਮਨੀ ਸਿੰਘ ਹੋਣਾਂ ਦੇ ਵਾਰਸ ਹੈਗੇ ਹਾਂ ਜਾਂ ਨਹੀਂ। ਆ ਦੇਖੋ ਸਾਰੇ ਬੰਦੀ ਕਰਤੀਆਂ ਤਰਪਾਲਾਂ ਤਰਪੂਲਾਂ ਪਾ ਕੇ ਬਾਈ ਸਾਰੇ ਵਿੱਚ ਬੈਠੇ ਨੇ ਤੰਬੂਆਂ ਦੇ ਵਿੱਚ। ਇਸ ਤਰ੍ਹਾਂ ਤਰਪਾਲਾਂ ਦੇ ਉੱਤੇ ਮੀਂਹ ਪਈ ਜਾਂਦਾ, ਸੰਘਰਸ਼ ਦੀ ਇਹ ਕਾਲੀ ਬੋਲੀ ਰਾਤ ਜਿਹੜੀ ਤੁਹਾਨੂੰ ਦਿਖਾਉਂਦੇ ਹਾਂ। ਆ ਲੰਗਰ ਲੱਗੇ ਹੋਏ ਆ, ਸਾਰਾ ਕੁਛ ਜਲ ਥਲ ਹੋ ਗਿਆ, ਗਿੱਲਾ ਹੋ ਗਿਆ ਸਭ ਕੁਛ। ਇਸ ਵਾਰ ਅੱਜ ਲੰਗਰਾਂ ਦੀ ਗੱਲ ਕਰੀਏ, ਅੱਗੇ ਸਾਡੇ ਆਸ ਪਾਸ ਕਈ ਲੰਗਰ ਲੱਗੇ ਹੁੰਦੇ ਆ, ਸਾਰੇ ਬੰਦ ਹੋ ਗਏ ਅੱਜ, ਕਿਉਂਕਿ ਸਾਡੇ ਨਾਲ ਆ ਕੇ ਬਾਈਆਂ ਨੇ ਸਾਰਿਆਂ ਨੇ ਮਦਦ ਕਰਾਉਣੀ ਸ਼ੁਰੂ ਕਰਤੀ ਵੀ ਚਲੋ ਇੱਥੇ ਹੀ ਅੱਜ ਸਾਰੇ ਜਣੇ ਲੰਗਰ ਆ ਜਿਹੜਾ ਉਹ ਛਕ ਲਾਂਗੇ। ਆ ਵੀ ਦੇਖੋ ਇਹ ਮਾਤਾਵਾਂ ਉਹਨਾਂ ਦਾ ਲੰਗਰ ਆ ਸਾਡੇ ਜਿਹੜੇ ਰਹਿ ਫਤਿਹਗੜ੍ਹ ਛੰਨਾ ਪਿੰਡ ਦੀਆਂ ਬੇਬੇ ਹੋਣੀ ਤੁਹਾਨੂੰ ਅਸੀਂ ਮਿਲਾਉਂਦੇ ਹੁੰਦੇ ਹਾਂ ਸਾਰਿਆਂ ਨੂੰ, ਅਤੇ ਇਹ ਵੀ ਅੱਜ ਬੰਦ ਪਿਆ ਵਾ, ਅਤੇ ਨਹੀਂ ਤਾਂ ਇਸ ਵੇਲੇ ਇੱਥੇ ਵੀ ਪੂਰੀ ਚਹਿਲ ਪਹਿਲ ਹੁੰਦੀ ਆ। ਬੇਬੇ ਹੋਣੀ ਇੱਥੇ ਚੁਰ ਦੇ ਉੱਤੇ ਪ੍ਰਸ਼ਾਦਾ ਬਣਾਈ ਜਾਂਦੇ ਹੁੰਦੇ ਆ, ਅੱਜ ਸਭ ਕੁਛ ਬੰਦ ਪਿਆ ਇੱਥੇ।
ਬਾਈ ਸਤਿ ਸ੍ਰੀ ਅਕਾਲ ਠੀਕ ਹੋ ਕੀ ਹਾਲ ਨੇ ਬਾਈ ਠੀਕ ਠਾਕ ਹੋ ਥੱਲੇ ਗਿੱਲਾ ਤਾਂ ਨਹੀਂ ਹੋ ਗਏ ਬੰਦੇ ਠੀਕ ਠਾਕ ਹੋ ਬਾਈ ਚੱਕੀ ਮਾੜਾ ਪੱਲੜ ਜਾ ਬਾਈ ਬਾਈ ਠੀਕ ਠਾਕ ਹੋ ਬਾਪੂ ਓ ਕੈਮ ਹੋ ਮੈਂ ਕਿਹਾ ਸੰਗਤਾਂ ਨੂੰ ਦਿਖਾ ਦਈਏ ਜੱਟ ਦਾ ਪੁੱਤ ਕਿਵੇਂ ਪਿਆ ਟਰੈਕਟਰ ਟਰਾਲੀ ਦੇ ਥੱਲੇ ਚਲੋ ਕੋਈ ਨਾ ਬਾਈ ਰੱਬ ਉਹ ਵਾਹਿਗੁਰੂ ਕਲੰਗੀਆਂ ਵਾਲਾ ਉਹਦੇ ਨੂੰ ਹੋਇਆ ਲੈਟ ਲੈ ਕੇ ਕਾਕਾ ਕਲੰਗੀਆਂ ਵਾਲਾ ਸਾਡੇ ਨਾਲ ਆ ਦੇਖੋ ਬਾਈ ਜੀ ਕਿਵੇਂ ਟਰਾਲੀ ਦੇ ਥੱਲੇ ਬੜੇ ਬੈਠੇ ਆ ਬਾਈ ਮੀਂਹ ਪੈ ਰਿਹਾ ਐਨ ਜ਼ਬਰਦਸਤ ਇੱਧਰ ਬਾਈ ਇੱਧਰ ਦੀ ਥੱਲੇ ਦੀ ਪਾਣੀ ਤਾਂ ਨਹੀਂ ਆ ਰਿਹਾ ਥੱਲੇ ਗੱਦਿਆਂ ਦੇ ਉਧਰ ਸਿਰੇ ਤੇ ਕਰਲਾਈ ਹੋਈ ਤਰਪਾਲ ਬਾਈ ਜੇ ਤਰਪਾਲ ਦੀ ਕੋਈ ਲੋੜ ਲੈ ਆਇਓ ਬਾਈ ਆਪਣੇ ਕੋਲ ਤਰਪਾਲਾਂ ਬਹੁਤ ਪਈਆਂ ਆਈਆਂ ਲਿਆਂਦੀਆਂ ਸੀ ਹਾਂ ਬਾਈ ਬਣ ਕੇ ਹੋਰ ਵੀ ਜਿੰਦਾਬਾਦ ਜਿੰਦਾਬਾਦ ਦੇਖ ਬਾਈ ਦਾ ਜੋਸ਼ ਹਜੇ ਵੀ ਜਿੰਦਾਬਾਦ ਦੇ ਨਾਰੇ ਲਾ ਰਿਹਾ ਬਾਈ ਕਿਸਾਨ ਯੂਨੀਅਨ ਏਕਤਾ ਜਿੰਦਾਬਾਦ ਇਹ ਆ ਬਾਈ ਆ ਦੇਖੋ ਬਾਈ ਅਪਡੇਟ ਵੀ ਹੋਈ ਜਾਂਦਾ ਬੈਠਾ ਫੋਨ ਤੇ ਸਾਡਾ ਤੇ ਇੱਧਰ ਬਾਪੂ ਹੋਣੀ ਬਾਪੂ ਸਤਿ ਸ੍ਰੀ ਅਕਾਲ ਕੈਮ ਹੋ ਠੀਕ ਠਾਕ ਹੋ ਬਾਈ ਜੀ ਕਿਵੇਂ ਆ ਠੰਡ ਤਾਂ ਨਹੀਂ ਲੱਗ ਰਹੀ ਗਿੱਲਾ ਤਾਂ ਨਹੀਂ ਹੋ ਗਿਆ ਕੁਛ ਹੌਸਲੇ ਬੁਲੰਦ ਆ ਵਾਹ ਬਾਈ ਵਾਹ ਕਿਸਾਨ ਮਜ਼ਦੂਰ ਏਕਤਾ ਕਿਸਾਨ ਮਜ਼ਦੂਰ ਏਕਤਾ ਮੋਦੀ ਸਰਕਾਰ ਕਾਲੇ ਕਾਨੂੰਨ ਅੱਬਾ ਲੋ ਬਾਈ ਤੁਹਾਡੇ ਜੋਧੇ ਹੋ ਇਹ ਆ ਬਾਈ ਸਿਰੜੀ ਜੋਧੇ ਬਾਈ ਦੇਖੋ ਜਲ ਥਲ ਹੋਇਆ ਪਿਆ ਚਾਰੇ ਪਾਸੇ ਪਾਣੀ ਹੋਈ ਪਾਣੀ ਖੜਾ ਉਹ ਬਾਈ ਤੰਬੂ ਚ ਹੈਗੇ ਹੋ ਬਾਈ ਉਹ ਤੰਬੂ ਵਾਲੇ ਕਿਵੇਂ ਹੋ ਬਾਈ ਠੀਕ ਹੋ ਕੈਮ ਹੋ ਬਾਈ ਆਉਂਦੇ ਆ ਬਾਈ ਉੱਪਰ ਦੀ ਘੁੰਮ ਕੇ ਆਉਂਦੇ ਆ ਉਹ ਸਾਹਮਣੇ ਲੰਗਰ ਲੱਗਿਆ ਹੋਇਆ ਬਾਈਆਂ ਦਾ ਉਹ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜਾਗਦੇ ਹੋ ਬੇਬੇ ਬੇਬੇ ਠੀਕ ਹੋ ਦੋ ਮਿੰਟ ਗੱਲ ਕਰ ਲਈਏ ਦੋ ਮਿੰਟ ਗੱਲ ਕਰ ਲਈਏ ਕਿਵੇਂ ਆ ਮੇਰੀਆਂ ਮਾਵਾਂ ਠੀਕ ਨੇ ਦੇਖੋ ਜੀ ਬੇਬੇ ਹੁਣੀ ਮਾਤਾ ਹੁਣੀ ਭੈਣਾਂ ਸਾਡੀਆਂ ਆ ਟਰਾਲੀ ਦੇ ਵਿੱਚ ਪਈਆਂ ਤੂੜੀ ਵਾਲੀ ਬਣਾਉਣ ਵਾਲੀ ਟਰਾਲੀ ਉੱਪਰ ਜਾਲੀ ਲੱਗੀ ਹੋਈ ਆ ਤੇ ਆ ਤਿਪ ਤਿਪ ਚੋਈ ਵੀ ਜਾਂਦੀ ਆ ਦੇਖੋ ਤਿਪ ਤਿਪ ਚੋਈ ਜਾਂਦੇ ਬਾਪੂ ਦੇ ਬੂਟ ਦੇ ਵਿੱਚ ਇਹਦੇ ਤਾਂ ਨੂੰ ਲੈਟ ਮਾਰ ਤਾਂ ਤੋਂ ਆ ਦੇਖੋ ਜੀ ਤੌਕਾ ਬੇਬੇ ਘਰ ਆਪਣਾ ਹੀ ਆ ਸਾਰਾ ਦਿੱਲੀ ਆਪਣੀ ਹੋਈ ਆ ਆਸ ਪਾਸ ਦੇ ਘਰਾਂ ਚੋਂ ਬੇਬੇ ਅੱਜ ਕਈ ਬੰਦੇ ਆਏ ਇੱਕ ਬਾਈ ਆਇਆ ਸੀ ਹੁਣ ਉਹ ਕਹਿੰਦਾ ਬਾਈ ਸਾਡੇ ਘਰਾਂ 'ਚ ਆ ਜਾਓ ਤੁਸੀਂ ਸੌਣ ਲੱਗੇ ਬੇਬੇ ਉਹ ਕਹਿੰਦਾ ਵੀ ਸਾਡੇ ਘਰ 'ਚ 12-13 ਕਮਰੇ ਆ ਜੇ ਕਿਸੇ ਨੇ ਪੈਣਾ 100-50 ਬੰਦਿਆਂ ਨੂੰ ਅਸੀਂ ਪਾਲਾਂਗੇ ਜਾਣੀ ਕਿ ਇੰਨਾ ਪਿਆਰ ਆ ਉਹਨਾਂ ਦਾ ਜਾਣੀ ਕਿ ਆਪਣੇ ਨਾਲ ਅਤੇ ਫਿਰ ਇੱਥੇ ਤਾਂ ਆਪਾਂ ਨੂੰ ਵਾਹਿਗੁਰੂ ਦੀ ਬੁੱਕਲ 'ਚ ਬੈਠਿਆਂ ਨਿੱਘ ਹੀ ਬੜਾ ਗੁਰੂ ਤੇਗ ਬਹਾਦਰ ਮਹਾਰਾਜ ਦੀ ਬੁੱਕਲ 'ਚ ਬੈਠੇ ਹਾਂ ਆਪਾਂ ਅਤੇ ਹੋਰ ਬਾਪੂ ਕੋਈ ਤਕਲੀਫ ਕੋਈ ਠੰਡ ਤਾਂ ਨਹੀਂ ਲੱਗਦੀ ਮੀਂਹ ਤੋਂ ਡਰ ਤਾਂ ਨਹੀਂ ਲੱਗਦਾ ਮਾਤਾ ਗੁਜਰੀ ਦੇ ਅਸੀਂ ਪੁੱਤ ਪੋਤੇ ਦੋਹਤੇ ਦੋਹਤੀਆਂ ਉਹਦੀਆਂ ਕਿ ਨਹੀਂ ਬੇਬੇ ਦੇਖੋ ਬਾਈ ਜੀ ਭੈਣਾਂ ਦੇ ਭਰਾਵਾਂ ਨੂੰ ਬੇਨਤੀ ਆ ਆਹ ਸਿਰੜ ਆ ਜਿਹੜਾ ਮੋਦੀ ਦਾ ਹੰਕਾਰ ਆ ਉਹ ਕਿਵੇਂ ਨਹੀਂ ਟੁੱਟੂਗਾ ਜੀ ਆਹ ਸਾਡੇ ਦੇਖੋ ਬਜ਼ੁਰਗਾਂ ਦਾ ਸਾਡੀਆਂ ਮਾਵਾਂ ਦਾ ਆ ਜਿਹੜਾ ਜ਼ੁਲਮੋ ਸਿਤਮ ਉਹ ਕਰ ਰਿਹਾ ਇਹਨਾਂ ਦੇ ਉੱਪਰ ਜੋ ਇਹਨਾਂ ਦੀਆਂ ਕੁਰਬਾਨੀਆਂ ਆਹ ਬਾਈ ਇਹਨਾਂ ਦਾ ਮੁਕਾਬਲਾ ਕੌਣ ਕਰੂ ਬਿਲਕੁਲ ਮਾਂ ਮੇਰੀਏ ਇੱਕ ਸਹੀ ਗੱਲ ਆ ਇੱਕ ਟਾਈਮ ਮਾਂ ਇੱਦਾਂ ਦਾ ਸੀਗਾ ਉਦੋਂ ਬੰਦ ਬੰਦ ਕਟਾਇਆ ਖੋਪੜੀਆਂ ਲਹਾਈਆਂ ਹੈ ਨਾ ਅਰਖੜੀਆਂ ਦੇ ਵਿੱਚ ਦੀ ਪੀੜੇ ਗਏ ਘਲਾੜੀਆਂ 'ਚ ਦੀ ਪੀੜੇ ਗਏ ਅੱਜ ਉਸੇ ਸਮੇਂ ਦੇ ਹਿਸਾਬ ਨਾਲ ਦੇਖੀਏ ਜਿਹੜੇ ਅੱਜ ਆਪਣੇ 'ਤੇ ਜ਼ੁਲਮ ਹੋ ਰਹੇ ਆ ਉਹਦੇ ਬਰਾਬਰ ਦੇ ਹੀ ਆ ਕਿਉਂਕਿ ਉਦੋਂ ਬਾਪੂ ਬੰਦੇ ਆਪਣੇ ਜਿਹੜੇ ਹੁੰਦੇ ਸੀ ਯੋਧੇ ਉਦੋਂ ਤਾਂ ਫਿਰ ਉਹ ਵੀ ਤਕੜੇ ਹੁੰਦੇ ਸੀ ਸਰੀਰ ਅੱਜ ਕੱਲ੍ਹ ਆਪਾਂ ਬਿਮਾਰੀਆਂ ਦੇ ਖਾਧੇ ਪਏ ਹਾਂ ਆਹ ਇੱਥੇ ਬਹਿਣਾ ਵੀ ਆਪਣੇ ਲਈ ਬੰਦ ਬੰਦ ਕਟਾਉਣ ਦੇ ਬਰਾਬਰ ਹੀ ਹੋਇਆ ਆ ਉਹ ਜਿਹਾ ਹੀ ਆ ਉਹੀ ਜ਼ੁਲਮ ਆ ਸਾਰਾ ਉਹੀ ਆ ਅਤੇ ਪਰ ਫਿਰ ਵੀ ਹੌਸਲੇ ਬੁਲੰਦ ਆ ਮਜ਼ਦੂਰ ਅਤੇ ਕਿਸਾਨ ਏਕਤਾ ਮਜ਼ਦੂਰ ਕਿਸਾਨ ਏਕਤਾ ਮਜ਼ਦੂਰ ਕਿਸਾਨ ਏਕਤਾ ਮੋਦੀ ਸਰਕਾਰ
मोदी सरकार काले कानून रद्द करो रद्द करो। ये है जी फतेहगढ़ छन्ना। इस पिंड का एक शहीद भी होया भीम दे पिंड तो आ बेबे होनी भीम जिहड़ा शहीद होया सी उहदे पिंड दीआं ट्रालियां आपदे पुत दा अपने पिंड दे एक गभरू दा वह पार्थिक शरीर पिंड भेजता पर आप नहीं गए पिंड। कहिंदे कोई ना भाई असीं इत्थे ही रहांगे कोई ना साडा पुत चलिया गया असीं उहदी कुरबानी है जिहड़ी जाया नहीं जाण देवांगे। भीम दी जदों संस्कार कीता उत्थे नारे लगे भीम सिंह तेरी सोच ते पहरा देंगे ठोक के जेड़ा कोई तू अधूरा छड्ड के गया सी उहनूं पूरा करांगे। ये नारे लगे सीगे भीम दे संस्कार ते। ਉਹ ਰੋਪੜ ਵਾਲਿਓ ਕਿਵੇਂ ਆ ਬੁੱਢਾ ਭੋਲਾ ਭਾਈ ਉਹ ਕੈਮ ਹੋ ਰੋਪੜ ਵਾਲਿਓ ਮਜ਼ਦੂਰ ਕਿਸਾਨ ਏਕਤਾ ਕਾਲੇ ਕਾਨੂੰਨ ਅੱਬਾ ਬਾਈ ਤੁਹਾਡੇ ਬਾਈ ਤੁਹਾਡੇ ਰੋਪੜ ਵਾਲੇ ਬਾਈ ਪਿੰਡ ਕਿਹੜਾ ਰੋਪੜ ਬੁੱਢਾ ਭੋਲਾ ਪਿੰਡ ਆ ਬਾਈਆਂ ਦਾ ਯੋਧਿਆਂ ਦਾ ਜੋਸ਼ ਦੇਖਿਆ ਨੀ ਸੁਣਿਆ ਹੀ ਪਤਾ ਲੱਗਦਾ ਵੀ ਕਿਆ ਹੋਵੇ ਵੀ ਖਨੀ ਤਰਪਾਲਾਂ ਦੇ ਵਿੱਚ ਠੰਡੇ ਹੋਏ ਪਏ ਨੇ ਪਰ ਟਰਾਲੀਆਂ ਦੇ ਵਿੱਚ ਪੂਰਾ ਨੈਗਾ ਤੇ ਜੋਸ਼। ਬਾਈ ਸਤਿ ਸ੍ਰੀ ਅਕਾਲ ਕੀ ਹਾਲ ਨੇ ਬਾਈਆਂ ਦਾ ਚੜਾਈ ਆ ਬਾਈ ਸੈੱਟ ਆ ਸਰੀਰ ਠੰਡ ਠੁੰਡ ਤਾਂ ਨੀ ਲੱਗਦੀ ਬਾਪੂ ਕੈਮ ਆ ਕੰਮ ਤਰਪਾਲਾਂ ਤਰਪੂਲਾਂ ਤਾਂ ਨੀ ਚੋਰ ਰਹੀਆਂ ਪੱਲੀਆਂ ਪਾ ਕੇ ਨਾ ਬੋਰੀਆਂ ਗੱਟੂ ਯੂਰੀਏ ਦੇ ਪਾ ਕੇ ਬਣਾਇਆ ਹੋਇਆ ਬਾਈਆਂ ਨੇ ਤੇ ਫੇਰ ਵੀ ਸਿਰੜ ਪੂਰਾ ਬਾਈ ਕਹਿੰਦੇ ਬਾਈ ਊ ਵਾਪਸ ਤਾਂ ਨੀ ਜਾਣਾ ਹੁਣ ਮੀਂਹ ਦਾ ਚੱਕਰ ਚਾਰ ਦਿਨ ਬਾਅਦ ਪੰਜਾਬ ਵਾਲੇ ਹੁਣ ਨੀ ਮੁੜਦੇ ਨੌਜਵਾਨ। ਮੋਦੀ ਤੂੰ ਕਿੱਥੇ ਭੱਜੇਗਾ ਤੈਨੂੰ ਬਿਲਕੁਲ ਬਾਈ ਬਿਲਕੁਲ ਬਾਈ ਉਹ ਤਰਪਾਲ ਫੜ ਲਿਆ ਇੱਕ ਦੋ ਫੜ ਲਿਆ ਉਹ ਤੇ ਵਾਧੂ ਪਈਆਂ ਤਰਪਾਲਾਂ ਬਾਈ ਕੋਈ ਨਾ ਕੋਈ ਨਾ ਬਾਪੂ ਸਤਿ ਸ੍ਰੀ ਅਕਾਲ ਕੀ ਹਾਲ ਨੇ ਠੀਕ ਠਾਕ ਹੋ ਕਾਇਮ ਆ ਸਰੀਰ ਚੜ੍ਹਦੀ ਕਲਾ ਮਜ਼ਦੂਰ ਕਿਸਾਨ ਏਕਤਾ ਮੋਦੀ ਸਰਕਾਰ ਕਿੱਧਰ ਉਹ ਬਾਜੀ ਬਾ ਇੱਧਰ ਆ ਮੈਂ ਅੱਗੇ ਗਈ ਨਾ ਮੈਂ ਬੰਦੇ ਬਾਪੂ ਸਤਿ ਸ੍ਰੀ ਅਕਾਲ ਕਾਇਮ ਆ ਬਾਪੂ ਚੜ੍ਹਦੀ ਕਲਾ ਮੋਦੀ ਸਰਕਾਰ ਕਾਲੇ ਕਾਨੂੰਨ ਇਹ ਬਾਪੂ ਉਹਨਾਂ ਦਾ ਜੋਸ਼ ਆ ਜਿਹੜਾ ਬਾਈ ਠੰਡ ਚ ਮੀਂਹ ਦੇ ਵਿੱਚ ਘਟਿਆ ਨੀ ਹੋਰ ਵੱਧ ਗਿਆ। ਇਹ ਸਾਨੂੰ ਜਿੰਨਾ ਤੰਗ ਕਰੇ ਜਿੰਨਾ ਕਹਿੰਦੇ ਮੰਨੂ ਦੀ ਦਾਤਰੀ ਜਿੰਨਾ ਵੜਦੀ ਗਈ ਓਨੇ ਅਸੀਂ ਦੂਣ ਸਵਾਏ ਹੁੰਦੇ ਗਏ। ਬਾਪੂ ਸਤਿ ਸ੍ਰੀ ਅਕਾਲ ਕਾਇਮ ਆ ਬਾਪੂ ਪਰ ਚੜ੍ਹਦੀ ਕਲਾ ਹੀ ਚਾਹੀਦੀ ਆ ਜਿਹੜਾ ਕਹਿੰਦਾ ਚੜ੍ਹਦੀ ਕਲਾ। ਠੀਕ ਆ ਬਾਈ ਜੀ ਮਿਲਦੇ ਆ ਸਵੇਰੇ ਨਾ ਬਸ ਬਾਈ ਬਹੁਤ ਧੰਨਵਾਦ ਤੁਹਾਡਾ ਬਸ ਤੁਸੀਂ ਡਟੇ ਬੈਠੇ ਆ ਬਾਈ ਦੁੱਧ ਦਰ ਕੇ ਦਰਸ਼ਨ ਹੋ ਗਏ ਤੁਹਾਡੇ ਯਾਰ ਆ ਤੁਹਾਨੂੰ ਬਾਈ ਦੇਖੀ ਜਾਂਦੇ ਦੁਨੀਆਂ 3-4 ਹਜ਼ਾਰ ਬੰਦਾ ਦੇਖ ਰਿਹਾ ਇਸ ਟਾਈਮ ਤੇ ਸਿਰਾ ਬਾਈ ਤੁਸੀਂ ਕਰੀ ਜਾਂਦੇ ਹੋ ਬਾਈ ਬੈਟਰੀ ਚਾਰਜ ਲਾ ਲਈਏ ਫਿਰ ਨਾ ਹੋਵੇ ਗੱਲ ਕਰਦੇ ਕਰਦੇ ਉਹਦੀ ਪਤਾ ਲੱਗੇ ਫੜਾ ਦੇ ਮੈਨੂੰ ਦਿਖਾਉਂਦੇ ਹਾਂ ਜੀ ਅੱਗੇ ਵੀ ਤੁਹਾਨੂੰ ਕੋਸ਼ਿਸ਼ ਕਰਾਂਗੇ ਅਸੀਂ ਪਿੰਡ ਈਸੜੂ ਪਿੰਡ ਦੀ ਟਰਾਲੀ ਵੀ ਖੜੀ ਆ ਉਹ ਈਸੜੂ ਵਾਲਿਓ ਠੀਕ ਹੋ ਭਾਈ ਉਹ ਈਸੜੂ ਵਾਲਿਓ ਠੀਕ ਹੋ ਕਾਇਮ ਹੋ ਬਾਪੂ ਠੀਕ ਆ ਬਾਪੂ ਜੀ ਸਿਹਤ ਠੀਕ ਆ ਬਾਪੂ ਠੰਡ ਤਾਂ ਨੀ ਲੱਗਦੀ ਮੀਂਹ ਮੂੰਹ ਦਾ ਨੀ ਕੋਈ ਡਰ ਕੋਈ ਨਹੀਂ ਨਹੀਂ ਬਾਬਾ ਨਾਨਕ ਦੇ ਬਾਪੂ ਬਾਬੇ ਨਾਨਕ ਮੋਦੀ ਸਰਕਾਰ ਮੁਰਦਾਬਾਦ ਮੋਦੀ ਸਰਕਾਰ ਕਾਲੇ ਕਾਨੂੰਨ ਦੇਖੋ ਬਾਪੂ ਬਾਪੂ ਕਿੰਨੀ ਉਮਰ ਆ 72 ਸਾਲ ਉਮਰ ਬਾਪੂ ਜੀ ਕੀ ਨਾਂ ਤੁਹਾਡਾ ਕਿਰਪਾਲ ਸਿੰਘ ਬਾਪੂ
ਕੋਈ ਜੋਸ਼ ਘਾਟ ਪਈ ਮੀਂਹ ਪੈਣ ਨਾਲ ਜਾਂ ਹੋਰ ਕੋਈ ਘਾਟ ਨੀ ਜਿੱਤ ਕੇ ਜਾਵਾਂਗੇ ਜਿੱਤ ਕੇ ਜਾਵਾਂਗੇ ਕਾਨੂੰਨ ਕਾਨੂੰਨ ਵਾਪਸ ਕਰਾ ਕੇ ਫੇਰ ਜਾਣਾ ਬਾਪੂ ਕਹਿੰਦਾ ਸਹੀ ਗੱਲ ਆ ਬਾਪੂ ਸਹੀ ਗੱਲ ਆ ਸਹੀ ਗੱਲ ਆ ਬਾਪੂ ਤੁਹਾਡੇ ਸਿਰ ਤੇ ਅਸੀਂ ਉੱਡੇ ਫਿਰਦੇ ਹਾਂ ਬਜ਼ੁਰਗਾਂ ਦੇ ਸਿਰ ਤੇ ਤੁਸੀਂ ਸਾਡੇ ਨਾਲ ਹੋ ਸਾਨੂੰ ਭਰੋਸਾ ਉਹ ਵਾਹਿਗੁਰੂ ਸਾਡੇ ਨਾਲ ਆ ਸੱਚੇ ਪਾਤਸ਼ਾਹ ਕਲੰਗੀਆਂ ਵਾਲਾ ਰੁੱਸੇ ਨਾ ਮੇਰਾ ਕਲੰਗੀਆਂ ਵਾਲਾ ਜੱਗ ਭਾਵੇਂ ਸਾਰਾ ਰੁੱਸੇ ਠੀਕ ਹੈ ਬਾਪੂ ਸਤਿ ਸ੍ਰੀ ਅਕਾਲ ਰੁੱਸੇ ਨਾ ਕਲੰਗੀਆਂ ਵਾਲਾ ਬਾਪੂ ਸਤਿ ਸ੍ਰੀ ਅਕਾਲ ਜਾਗਦੇ ਹੋ ਸਤਿ ਸ੍ਰੀ ਅਕਾਲ ਬਾਈ ਮੀਂਹ ਮੂੰਹ ਪਿਆ ਵਾ ਕੋਈ ਆਪਣਾ ਹੌਸਲਾ ਘਟਿਆ ਤਾਂ ਨੀ ਕੋਈ ਬੁਲੰਦ ਆ ਹੌਸਲੇ ਮੋਦੀ ਸਰਕਾਰ ਮੁਰਦਾਬਾਦ ਮੋਦੀ ਸਰਕਾਰ ਮੁਰਦਾਬਾਦ ਦੇਖੋ ਜਿਹੜਾ ਸੁੱਤਾ ਪਿਆ ਉੱਠ ਕੇ ਵੀ ਮੁਰਦਾਬਾਦ ਕਹੀ ਜਾਂਦਾ ਬਾਈ ਤੇ ਕਿਸਾਨ ਏਕਤਾ ਮਜ਼ਦੂਰ ਕਿਸਾਨ ਏਕਤਾ ਬਾਪੂ ਨੇ ਮਾਰੀ ਰਜਾਈ ਚੱਕ ਕੇ ਉੱਠ ਕੇ ਬਹਿ ਗਿਆ ਬਾਪੂ ਐ ਜੋਸ਼ ਆਉਂਦਾ ਜੀ ਐ ਇਹ ਆ ਗੁਰੂ ਦੀਆਂ ਲਾਡਲੀਆਂ ਫੌਜਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਬੱਚੇ ਆ ਜੀ ਅਸੀਂ ਭਾਈ ਮਤੀਦਾਸ ਭਾਈ ਮਨੀ ਸਿੰਘ ਉਹਨਾਂ ਦੇ ਵਾਰਸਾਂ ਸੀ ਜਿਨ੍ਹਾਂ ਨੇ ਬੰਦ ਬੰਦ ਕਟਾਇਆ ਸੀ ਕਲੰਗੀਆਂ ਵਾਲੇ ਦੇ ਵਾਰਸਾਂ ਸੀ ਛੋਟੇ ਸਾਹਿਬਜ਼ਾਦੇ ਵੱਡੇ ਸਾਹਿਬਜ਼ਾਦਿਆਂ ਦੀਆਂ ਸ਼ਹਾਦਤਾਂ ਦੇ ਅਸੀਂ ਵਾਰਸਾਂ ਸੀ ਉਹੀ ਸ਼ਹਾਦਤਾਂ ਦੇਣ ਲਈ ਇੱਥੇ ਬੈਠੇ ਹਾਂ ਉਸੇ ਤਰ੍ਹਾਂ ਹੀ ਅਸੀਂ ਇੱਥੇ ਆਪਣੀ ਈਨ ਨਹੀਂ ਮੰਨਣੀ ਕਿਉਂ ਬਾਪੂ ਉਹ ਵਾਹ ਜੀ ਵਾਹ ਬਾਪੂ ਕਹਿੰਦਾ ਸ਼ਹਾਦਤ ਦੀ ਲੋੜ ਆ ਨਾਂ ਲਿਖਾ ਦਿਓ ਸਾਡਾ ਵਾਹਿਗੁਰੂ ਵਾਹਿਗੁਰੂ ਬਾਪੂ ਬਹੁਤ ਧੰਨਵਾਦ ਬਾਪੂ ਤੁਹਾਡੇ ਸਿਰ ਤੇ ਅਸੀਂ ਉੱਡੇ ਫਿਰਦੇ ਹਾਂ ਅੱਛਾ ਬਾਈ ਨਹੀਂ ਆ ਗਿਆ ਮੁੜ ਕੇ ਆ ਗਿਆ ਆ ਕੇ ਕਰਦਾ ਆ ਕੇ ਕਰਦਾ ਤੇ ਇਹ ਯਾਨੀ ਕਿ ਸਾਡਾ ਸਿਸਟਮ ਆ ਜਿਹੜਾ ਬਜ਼ੁਰਗਾਂ ਦਾ ਹੌਸਲਾ ਵਾ ਜਿਹੜਾ ਬਜ਼ੁਰਗਾਂ ਦਾ ਜਿਹੜਾ ਯਾਨੀ ਸਿਰੜਾ ਇਹ ਸਾਨੂੰ ਨੌਜਵਾਨਾਂ ਨੂੰ ਵੀ ਪ੍ਰੇਰਨਾ ਦੇ ਰਿਹਾ ਵੀ ਅਸੀਂ ਹੋਰ ਵੱਧ ਚੜ੍ਹ ਕੇ ਹਿੱਸਾ ਪਾਈਏ ਹੋਰ ਸੰਘਰਸ਼ ਆ ਦੇਖੋ ਨੌਜਵਾਨ ਕਿਵੇਂ ਛੋਟੀ ਜਿਹੀ ਟਰਾਲੀ ਦੇ ਵਿੱਚ ਸੁੱਤਾ ਪਿਆ ਕੀ ਹਾਲ ਨੇ ਛੋਟੇ ਵੀਰ ਠੀਕ ਆ ਕਿਹੜਾ ਪਿੰਡ ਆ ਕਿਹੜਾ ਪਿੰਡ ਆ ਬਾਈ ਦਾ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਛੋਟੇ ਵੀਰ ਕਿਵੇਂ ਹੋ ਠੀਕ ਹੋ ਚੜ੍ਹਦੀ ਕਲਾ ਠੀਕ ਆ ਚੜ੍ਹਦੀ ਕਲਾ ਚਾਹੀਦੀ ਹੈ ਨੌਜਵਾਨੋ ਕੀ ਹਾਲ ਚਾਲ ਨੇ ਲਾਇਟ ਹੈਗੀ ਸਾਡੇ ਕੋਲ ਟੈਨਸ਼ਨ ਨਾ ਲਵੋ ਹੋਰ ਬਾਈ ਕਿਹੜਾ ਪਿੰਡ ਆ ਕਾਦੀਆਂ ਕੋਲੇ ਕਿਹੜਾ ਕੂਡਾ ਪਿੰਡ ਆ ਬਾਈ ਵਾਹ ਬਾਈ ਤੁਹਾਡੇ ਧੰਨਵਾਦ ਤੁਹਾਡਾ ਯਾਰ ਤੁਸੀਂ ਕਿਵੇਂ ਸੰਘਰਸ਼ ਠੰਡ ਤਾਂ ਨਹੀਂ ਲੱਗਦੀ ਫੁੱਲ ਬੁਲੰਦਾ ਹੌਸਲੇ ਮੋਦੀ ਸਰਕਾਰ ਮੋਦੀ ਸਰਕਾਰ ਮੋਦੀ ਸਰਕਾਰ ਕਿਸਾਨ ਮਜ਼ਦੂਰ ਏਕਤਾ ਕਿਸਾਨ ਮਜ਼ਦੂਰ ਏਕਤਾ ਆ ਜੀ ਨੌਜਵਾਨਾਂ ਦਾ ਜੋਸ਼ ਇਹ 18-18 20-20 ਸਾਲ ਦੇ ਹਾਂਜੀ ਸਤਿ ਸ਼੍ਰੀ ਅਕਾਲ ਭੈਣੇ ਸਤਿ ਸ਼੍ਰੀ ਅਕਾਲ ਭੈਣੇ ਕਿਵੇਂ ਠੰਡ ਮੀਂਹ ਨਾਲ ਨਹੀਂ ਕੋਈ ਪ੍ਰੋਬਲਮ ਠੰਡ ਠੁੰਡ ਤਾਂ ਨਹੀਂ ਲੱਗਦੀ ਹਾਂ ਅਸੀਂ ਗੁਰੂ ਦੀਆਂ ਲਾਡਲੀਆਂ ਫੌਜਾਂ ਵਾਹਿਗੁਰੂ 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 ਛੱਤੇ ਉੱਤੇ ਕਰਦੇ ਭੈਣ ਦੇ ਠੀਕ ਆ ਭੈਣੇ ਠੀਕ ਆ ਕੀ ਨਾਂ ਭੈਣੇ ਲੈਟ ਥੱਲੇ ਕਰ ਹਰਪਾਲ ਕੌਰ ਪਿੰਡ ਕਿਹੜਾ ਨਦਾਨਪੁਰ ਸੰਗਰੂਰ ਜ਼ਿਲ੍ਹਾ ਇਹ ਭੈਣ ਸਾਡੇ ਕੋਲ ਰੋਜ਼ ਉੱਥੇ ਸਾਡੇ ਨਾਲ ਸੇਵਾ ਕਰਾਉਂਦੇ ਨੇ ਨਾਲ ਸਾਡੇ ਨਾਲ ਪੂਰਾ ਜੋਸ਼ ਆ ਭੈਣ ਦੇ ਵਿੱਚ ਸਾਡੀ 'ਚ ਇਹ ਸਾਡੀਆਂ ਭੈਣਾਂ ਵੀ ਸਾਡੇ ਬਰਾਬਰ ਮੋਢੇ ਨਾਲ ਮੋਢਾ ਲਾ ਕੇ ਖੜੀਆਂ ਅਤੇ ਇਸ ਕਰਕੇ ਸੰਘਰਸ਼ ਦੇ ਵਿੱਚ ਬੱਚਾ ਬੱਚਾ ਆ ਜੁਟਿਆ ਜੀ ਕੋਈ ਇਹਦੇ 'ਚ ਧਰਮ ਨਹੀਂ ਕੋਈ ਜਾਤ ਨਹੀਂ ਕੋਈ ਔਰਤ ਨਹੀਂ ਕੋਈ ਮਰਦ ਨਹੀਂ ਕੋਈ ਬੱਚਾ ਨਹੀਂ ਕੋਈ ਬਜ਼ੁਰਗ ਨਹੀਂ ਸਭ ਆਪਣੀ ਇਸ ਜਿਹੜੀ ਸਾਡੀ ਹੋਂਦ ਦੀ ਲੜਾਈ ਦੇ ਵਿੱਚ ਅਸੀਂ ਖੜੇ ਹਾਂ ਮੀਂਹ ਪੈ ਰਿਹਾ ਪਰ ਹੌਸਲੇ ਬੁਲੰਦ ਆ ਮੀਂਹ ਪੈ ਰਿਹਾ ਪਰ ਬਾਪੂ ਬਜ਼ੁਰਗਾਂ ਦੇ ਸਾਡਿਆਂ ਦੇ ਵੀ ਸਾਡੀਆਂ ਭੈਣਾਂ ਦੇ ਸਾਡੀਆਂ ਮਾਵਾਂ ਦੇ ਹੌਸਲੇ ਬੁਲੰਦ ਆ ਮੋਦੀ ਮੋਦੀ ਸਰਕਾਰ ਮੋਦੀ ਸਰਕਾਰ ਮੋਦੀ ਸਰਕਾਰ ਦੇਖੋ ਜੀ ਚੀਕਾਂ ਚੰਗਿਆੜਾਂ ਪੈਣ ਦੀਆਂ ਜਦੋਂ ਮੋਦੀ ਦਾ ਨਾਂ ਲੈਂਦੇ ਹਾਂ ਅਤੇ ਬਾਪੂ ਸਾਡਾ ਮਗਰੇ ਆ ਗਿਆ ਬਾਪੂ ਛੱਤੀ ਥੱਲੇ ਆ ਗਿਆ ਨਾਲ ਹੀ ਅੱਛਾ ਇਹ ਬਾਈ ਪਿੰਡੋਂ ਆਇਆ ਹੁਣ ਬਾਈ ਉੱਥੋਂ ਆਇਆ ਪਿੰਡੋਂ ਬਾਪੂ ਇਹ ਪਿੰਡੋਂ ਆਈ ਹੈ ਗੱਡੀ ਰਸਤਾ ਲੈ ਕੇ ਆਈ ਹੈ ਲੈ ਬਈ ਰਸਤਾ ਲੈ ਕੇ ਦੇਖੋ ਆ ਬਾਈ ਸਤਿ ਸ਼੍ਰੀ ਅਕਾਲ ਉਹ ਬਾਓ ਬਾਈ ਬਾਈ ਫਤਿਹ ਹੌਸਲੇ ਬੁਲੰਦ ਆ ਬਾਈ ਪੂਰੇ ਮੋਦੀ ਸਰਕਾਰ ਮੋਦੀ ਸਰਕਾਰ ਮੋਦੀ ਸਰਕਾਰ ਮੁਰਦਾਬਾਦ ਬਾਪੂ ਬਾਈ ਉਧਰ ਕਿਵੇਂ ਆ ਮੀਂਹ ਪਿੱਛੇ ਪੂਰਾ ਮੀਂਹ ਉਵੇਂ ਆ ਤੁਸੀਂ ਫਿਰ ਰਾਸ਼ਨ ਲੈ ਕੇ ਆਏ ਰਸਤਾ ਲੈ ਕੇ ਆਏ ਹੋ ਸੰਘ ਤੇ ਬੰਦੇ ਲੈ ਕੇ ਆਏ ਜਾਣੀ ਕਿ ਇੱਥੋਂ ਬੰਦੇ ਇੱਧਰੋਂ ਚਲੇ ਜਾਂਦੇ ਉੱਧਰੋਂ ਆ ਜਾਂਦੇ ਬਦਲੀ ਕਰੀ ਜਾਂਦੇ ਆ ਕਿਹੜਾ ਪਿੰਡ ਆ ਬਾਈ
ਈਸੜੂ ਪਿੰਡ ਆ ਬਾਈ ਦਾ। ਅੱਛਾ ਰਾਜੇ ਵਾਲ ਯੂਨੀਅਨ ਦਾ ਪ੍ਰਧਾਨ ਹੋ, ਜ਼ਿਲ੍ਹਾ ਪ੍ਰਧਾਨ ਹੋ, ਕੀ ਨਾਮ ਬਾਈ ਜੀ ਤੁਹਾਡਾ? ਨਰਿੰਦਰਜੀਤ ਬਾਈ ਜੀ, ਸਲਿਊਟ ਆ ਤੁਹਾਨੂੰ, ਦੋਨੇ ਹੱਥ ਜੋੜ ਕੇ ਸਲਾਮ ਆ ਤੁਹਾਨੂੰ ਬਾਈ, ਕਿਉਂਕਿ ਅਸੀਂ ਤੁਹਾਡੇ ਕਰਕੇ ਖੜੇ ਹਾਂ ਇੱਥੇ ਬਾਈ। ਜੇ ਤੁਸੀਂ ਮੂਹਰੇ ਖੜੇ ਹੋ ਨਾ ਸਾਡੇ, ਤਾਂ ਹੀ ਅਸੀਂ ਪਿੱਛੇ ਹਾਂ ਬਾਈ। ਪਹਿਲੀ ਵਾਰ ਜ਼ਿੰਦਗੀ ਦੇ ਵਿੱਚ ਮਾਣ ਮਹਿਸੂਸ ਹੋ ਰਿਹਾ ਸਾਨੂੰ ਆਪਦੇ ਮੂਹਰੇ ਲੱਗੇ ਲੀਡਰਾਂ ਦੇ। ਧੰਨਵਾਦ ਬਾਪੂ, ਬਹੁਤ ਧੰਨਵਾਦ ਬਾਈ, ਬਹੁਤ ਜ਼ਿਆਦਾ ਧੰਨਵਾਦ। ਅਤੇ ਬਾਈ ਦੇਖੋ ਪਿੰਡੋਂ ਆਏ ਨੇ ਪ੍ਰਧਾਨ, ਆਪ ਰਾਤ ਨੂੰ ਤੁਰੇ ਫਿਰਦੇ ਆ ਬਾਈ, ਕੀ ਹਾਲ ਨੇ? ਸਤਿ ਸ਼੍ਰੀ ਅਕਾਲ। ਆਹ ਦੇਖੋ ਜੀ, ਡਬਲ ਡਬਲ ਸਟੋਰੀ ਟਰਾਲੀ ਆ, ਗੱਡੀ ਆ ਜੀ ਡਬਲ ਸਟੋਰੀ। ਬਾਪੂ ਸਤਿ ਸ਼੍ਰੀ ਅਕਾਲ, ਸਭ ਵਾਹਿਗੁਰੂ ਜੀ ਕੀ ਫਤਿਹ, ਬੋਲੇ ਸੋ ਨਿਹਾਲ, ਮੋਦੀ ਸਰਕਾਰ, ਮੋਦੀ ਸਰਕਾਰ, ਮੋਦੀ ਸਰਕਾਰ, ਮੋਦੀ ਸਰਕਾਰ, ਮਜ਼ਦੂਰ ਕਿਸਾਨ ਏਕਤਾ, ਮਜ਼ਦੂਰ ਕਿਸਾਨ ਏਕਤਾ। ਬਾਈ ਜੋਸ਼ ਦੇਖੋ ਸਾਡੇ ਨੌਜਵਾਨਾਂ ਦਾ, ਸੁੱਤੇ ਪਏ ਉੱਠ ਕੇ ਵੀ ਨਾਰੇ ਲਾਉਣ ਲੱਗ ਜਾਂਦੇ ਆ। ਆਹ ਵਾਹਿਗੁਰੂ ਜੀ ਕੀ ਫਤਿਹ। ਕਿਹੜਾ ਪਿੰਡ ਆ ਬਾਈ? ਬੋਪਾ ਰਾਏ, ਬੋਪਾ ਰਾਏ ਕਲਾ, ਸਾਡੇ ਗਵਾਂਢੀ ਆ ਲੁਧਿਆਣਾ ਜ਼ਿਲ੍ਹੇ ਤੋਂ ਬਾਈ। ਬੋਪਾ ਰਾਵਾਂ ਪਿੰਡ ਦੇ ਵਿੱਚ ਕਹਿੰਦੇ ਕਾਲਾ ਤੇਲ ਫੇਰਤਾ ਸੱਤ 'ਚ, ਇੱਦਾਂ ਹੈਗੀ ਆ ਗੱਲ? ਦੇਖੋ ਜੀ, ਉੱਥੇ ਨੌਜਵਾਨਾਂ ਦਾ ਜੋਸ਼, ਬਜ਼ੁਰਗਾਂ ਦਾ ਜੋਸ਼ ਦੇਖਿਆ ਹੀ ਬਣਦਾ। ਇੱਕ ਟਰਾਲੀ ਆ, ਉਹਦੇ ਵਿੱਚ ਡਬਲ ਸਟੋਰੀ ਬਣਾਇਆ ਹੋਇਆ, ਬਾਈਆਂ ਨੇ ਫੱਟੇ ਲਾ ਕੇ, ਅੱਧੇ ਉੱਪਰ ਪਏ ਨੇ, ਅੱਧੇ ਥੱਲੇ ਪਏ ਨੇ। ਇਹ ਬਾਈਆਂ ਦਾ ਜੋਸ਼ ਆ ਜਿਹੜਾ, ਇਹ ਸਾਨੂੰ ਸੰਘਰਸ਼ ਜਿੱਤਣ ਦੀ ਰਾਹ ਵੀ ਦਿਖਾ ਰਿਹਾ ਅਤੇ ਹੌਸਲਾ ਵੀ, ਅਤੇ ਮੋਟੀਵੇਸ਼ਨ ਦਿੰਦਾ ਉਹਨਾਂ ਲੋਕਾਂ ਨੂੰ ਜਿਹੜੇ ਹਜੇ ਘਰਾਂ 'ਚ ਬੈਠੇ ਰਜਾਈਆਂ 'ਚ ਵਿੱਚ ਮੂੰਗਫਲੀਆਂ ਖਾਈ ਜਾਂਦੇ ਆ ਅਤੇ ਕਮੈਂਟ ਕਰੀ ਜਾਂਦੇ ਆ। ਭਾਈ ਆਵੋ ਇੱਥੇ, ਸੰਘਰਸ਼ ਦਾ ਹਿੱਸਾ ਬਣੋ। ਇੱਥੇ ਜੋ ਤੁਹਾਨੂੰ ਸੰਗਤ ਦੇ ਵਿੱਚ ਵਾਹਿਗੁਰੂ ਦੇ ਦਰਸ਼ਨ ਹੋਣਗੇ, ਉਸ ਅਕਾਲ ਪੁਰਖ ਵਾਹਿਗੁਰੂ ਦੇ, ਉਸ ਅੱਲਾ ਦੇ, ਉਸ ਰਾਮ ਦੇ, ਉਸ ਭਗਵਾਨ ਦੇ, ਉਹ ਨਾ ਮੰਦਰਾਂ 'ਚ ਹੋਣੇ ਆ, ਨਾ ਮਸਜਿਦਾਂ 'ਚ, ਨਾ ਗੁਰਦੁਆਰਿਆਂ ਦੇ ਵਿੱਚ। ਇੱਥੇ ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਅਕਾਲ। ਬਾਈ ਜੋਸ਼ ਇਹ ਦੇਖੋ, ਜੋਸ਼ ਜੋਸ਼ ਸਾਡਾ, ਤੁਹਾਡਾ ਵੀ ਸਭ, ਜਿਹੜਾ 4-5 ਹਜ਼ਾਰ ਬੰਦਾ ਦੇਖ ਰਿਹਾ ਇਸ ਟਾਈਮ ਘਰਾਂ ਦੇ ਵਿੱਚ ਬੈਠਿਆਂ ਨੂੰ, ਤੁਹਾਨੂੰ ਵੀ ਸ਼ਾਇਦ ਲੋਹਰੀਆਂ ਉੱਠਦੀਆਂ ਹੋਣਗੀਆਂ ਵੀ ਕਿਉਂ ਅਸੀਂ ਉੱਥੇ ਕਿਉਂ ਨਹੀਂ ਹੈਗੇ, ਕਿਉਂ ਨਹੀਂ ਹੈਗੇ ਉੱਥੇ। ਅਸੀਂ NRI ਵੀਰਾਂ ਨੂੰ ਬਹੁਤ ਜ਼ਿਆਦਾ ਇਸ ਟਾਈਮ ਆ ਰਹੀ ਹੈ ਦਿੱਕਤ ਇੱਥੇ ਪਹੁੰਚਣ ਦੇ ਵਿੱਚ, ਸਾਨੂੰ ਪਤਾ ਤੁਸੀਂ ਆਉਣਾ ਚਾਹੁੰਦੇ ਹੋ, ਤੁਹਾਨੂੰ ਬਹੁਤ ਪ੍ਰੋਬਲਮਾਂ ਖੜੀਆਂ ਕਰਤੀਆਂ ਸਰਕਾਰਾਂ ਨੇ, ਪਤਾ ਨਹੀਂ ਇੱਕ OIC ਪਤਾ ਨਹੀਂ ਕਿਹੜੀ ਲੈਣੀ ਪੈਂਦੀ ਆ, ਉਹ ਬੜਾ ਦਿੱਕਤ ਪਾਈ ਹੋਈ ਆ ਨਾ। ਸਾਨੂੰ ਕਈ NRI ਵੀਰਾਂ ਨੇ ਦੱਸਿਆ ਵੀ ਅਸੀਂ ਆਉਣਾ ਚਾਹੁੰਦੇ ਹਾਂ ਪਰ ਅਸੀਂ ਆ ਨਹੀਂ ਪਾ ਰਹੇ, ਅਸੀਂ ਚਾਹੁੰਦੇ ਹਾਂ ਸੰਘਰਸ਼ ਦਾ ਹਿੱਸਾ ਬਣਨਾ ਪਰ ਬਣ ਨਹੀਂ ਪਾ ਰਹੇ। ਅਤੇ ਆ ਦੇਖੋ ਪਾਣੀ ਕਿਵੇਂ ਧੜ ਧੜ ਚੋਈ ਜਾਂਦਾ, ਸਾਰੇ ਪਾਸੇ ਜਲ ਥਲ ਆ। ਆਹ ਸੜਕ ਆ ਜਿਹੜੀ 5-6 ਫੁੱਟ ਉੱਚੀ ਆ ਜ਼ਮੀਨ ਤੋਂ, ਆਹ ਦੇਖੋ ਇੱਧਰ ਆਹ ਨੀਵੀਂ ਸੜਕ ਆ, ਇਹਦੇ ਵਿੱਚ ਪਾਣੀ ਹੀ ਪਾਣੀ ਖੜ ਗਿਆ। ਆ ਤੁਸੀਂ ਦੇਖੋ ਮੀਂਹ ਕਿੱਦਾਂ ਪੈ ਰਿਹਾ, ਗੱਡੀ ਦੇ ਮੂਹਰੇ ਲਾਈਟ ਦੇ ਵਿੱਚ ਤੁਹਾਨੂੰ ਦਿਖਦਾ ਹੋਊਗਾ। ਅਸੀਂ ਆਪਣੇ ਮਨੁੱਖਤਾ ਦੀ ਸੇਵਾ ਦੇ ਜਿਹੜੇ ਲੰਗਰ ਤੋਂ, ਅਸੀਂ ਕਰੀਬ 1 ਕਿਲੋਮੀਟਰ ਦੂਰ ਆ ਗਏ ਹੋਵਾਂਗੇ ਤੁਰੇ ਆਉਂਦੇ ਆਉਂਦੇ। ਅਤੇ ਇੱਥੇ ਦੇਖੋ ਟਰਾਲੀਆਂ 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 ਦੇ ਵਿੱਚ ਸੁੱਤੇ ਪਏ ਨੇ ਉਹ ਸੱਪਾਂ ਦੀਆਂ ਸਿਰੀਆਂ ਮਿੱਧਣ ਵਾਲੇ ਅੰਨਦਾਤੇ, ਜਿਹੜੇ ਸਾਰਿਆਂ ਦੇ ਮੂੰਹ ਦੇ ਵਿੱਚ ਰੋਟੀ ਪਹੁੰਚਦੀ ਕਰਦੇ ਆ। ਅੱਜ ਉਹ ਇੱਥੇ ਟਰਾਲੀਆਂ ਦੇ ਵਿੱਚ, ਟਰਾਲੀਆਂ ਦੇ ਉੱਪਰ, ਟਰਾਲੀਆਂ ਦੇ ਥੱਲੇ ਸੌਣ ਲਈ ਮਜਬੂਰ ਆ। ਇਹ ਮੀਂਹ ਵਰਦਾ ਠੰਡ ਦੇ ਵਿੱਚ। ਬਾਈ ਜੀ ਸਤਿ ਸ਼੍ਰੀ ਅਕਾਲ, ਜਾਗਦੇ ਹੀ ਹੋ ਬਾਈ? ਕਿਹੜਾ ਪਿੰਡ ਆ ਬਾਈ ਦਾ? ਭੈਣੀ ਕਿਹੜੀ ਹੈ? ਡਿਸਟ ਮੋਗਾ। ਭੈਣੀ ਕਿਹੜੀ? ਭੈਣੀ ਇੱਕੋ ਹੀ ਭੈਣੀ ਮੋਗੇ ਵਾਲੇ ਪਾਸੇ। ਠੀਕ ਆ ਬਾਈ, ਬਹੁਤ ਧੰਨਵਾਦ ਬਾਈ ਤੁਹਾਡਾ, ਤੁਸੀਂ ਇੱਥੇ ਬੈਠੇ ਹੋ ਯਾਰ ਮੀਂਹ ਦੇ ਵਿੱਚ। ਬਾਈ ਹੋਰ ਹੌਸਲੇ ਬੁਲੰਦ ਆ, ਮੋਦੀ ਸਰਕਾਰ ਮੁਰਦਾਬਾਦ, ਮੁਰਦਾਬਾਦ, ਮੁਰਦਾਬਾਦ। ਯਾਨੀ ਕਿ ਬਿਆਨ ਕਰਨਾ ਵੀ ਇਸ ਟਾਈਮ ਸਾਡੇ ਲਈ ਮੁਸ਼ਕਿਲ ਆ ਵੀ ਇੱਥੇ ਕੀ ਵਰਤਾਰਾ ਹੋ ਰਿਹਾ। ਇਹਨਾਂ ਦਾ ਹੌਸਲਾ ਦੇਖ ਕੇ, ਇਹਨਾਂ ਨੂੰ ਸਲਿਊਟ ਕਰਨ ਦਾ, ਇਹਨਾਂ ਦਾ ਹੌਸਲਾ ਦੇਖ ਕੇ, ਇਹਨਾਂ ਦੇ ਪੈਰ ਚੁੰਮਣ ਦਾ ਮਨ ਕਰਦਾ। ਆ ਦੇਖੋ ਯੋਧੇ, ਇਹ ਆ ਯੋਧੇ ਜਿਹੜੇ ਇਸ ਮੀਂਹ ਦੇ ਵਿੱਚ ਵੀ ਗੁਰੂ ਕੇ ਲੰਗਰ ਵਰਤਾਈ ਜਾਂਦੇ ਆ।
1 ਕਿਲੋਮੀਟਰ ਤੋਂ ਬਾਅਦ ਇਹ ਗੁਰੂ ਕਾ ਲੰਗਰ ਮਿਲਿਆ ਆਪਾਂ ਨੂੰ ਮਨੁੱਖਤਾ ਦੇ। ਉੱਥੋਂ ਸਾਡੇ ਵਾਲੇ ਲੰਗਰ ਤੋਂ ਬਾਅਦ ਇੱਕ ਆਹ ਲੰਗਰ ਚੱਲ ਰਿਹਾ, ਬਾਕੀ ਮੀਂਹ ਦੇ ਕਰਕੇ ਅੱਜ ਸਾਰੇ ਲੰਗਰ ਬੰਦ ਹੋ ਗਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਈ ਜੀ ਕੀ ਹਾਲ ਚਾਲ ਨੇ, ਠੀਕ ਠਾਕ ਹੋ ਬਾਈ ਸਾਰੇ? ਬਾਈ ਕਿਵੇਂ ਆ ਭਾਈ, ਰਾਤ ਜਿਹੜਾ ਤੂੰ ਲਾ ਕੇ ਆਇਆ ਸੀ ਉੱਥੇ ਬਾਂਸ, ਠੀਕ ਆ ਬਾਈ ਬਾਂਸ ਵਾਲਿਆ? ਇਹ ਬਾਈ ਜੀ ਹੁਣੀ ਸੋਰੀ ਯਾਰ, ਮੈਂ ਜੁੱਤੀ ਲੈ ਕੇ ਅੰਦਰ ਆ ਗਿਆ। ਹੋਰ ਬਾਈ ਜੀ ਸਤਿ ਸ਼੍ਰੀ ਅਕਾਲ, ਹੋਰ ਠੀਕ ਠਾਕ ਹੋ ਬਾਈ? ਕਿਵੇਂ ਆ ਬਾਈ, ਹੌਸਲੇ ਬੁਲੰਦ ਆ ਪੂਰੇ? ਮੋਦੀ ਸਰਕਾਰ, ਮੋਦੀ ਸਰਕਾਰ, ਕਿਸਾਨ ਏਕਤਾ। ਬਾਈਆਂ ਦੇ ਇਸ ਟਾਈਮ ਵੀ ਦੇਖੋ ਪ੍ਰਸ਼ਾਦੇ ਬਣਾ ਬਣਾ ਕੇ ਛਕਾਈ ਜਾਂਦੇ ਆ, ਮੀਂਹ ਪੈ ਰਿਹਾ ਅਤੇ ਪ੍ਰਸ਼ਾਦੇ ਉਸੇ ਤਰ੍ਹਾਂ ਹੀ ਬਣ ਰਹੇ ਨੇ। ਕੋਈ ਹੌਸਲੇ ਦੇ ਵਿੱਚ ਕਮੀ ਨਹੀਂ, ਕੋਈ ਦਿੱਕਤ ਨਹੀਂ, ਕੋਈ ਕੰਮ ਕਰਨ ਦੇ ਵਿੱਚ ਇਹਨਾਂ ਨੂੰ ਪਰੇਸ਼ਾਨੀ ਨਹੀਂ। ਬਾਪੂ ਜੀ ਹੁਣੀ ਸਾਡੇ ਇੱਥੇ ਆਪਣੇ ਪੂਰੇ ਦੇਖੋ ਆ ਬਾਈ ਭਾਂਡੇ ਧੋਈ ਜਾਂਦਾ ਹੌਸਲੇ ਦੇ ਨਾਲ, ਪੂਰੇ ਹੌਸਲੇ ਦੇ ਨਾਲ, ਆਪਣੀ ਪੂਰੀ ਦ੍ਰਿੜਤਾ ਦੇ ਨਾਲ, ਪੂਰੇ ਸਬਰ ਦੇ ਨਾਲ, ਪੂਰੇ ਸੰਤੋਖ ਦੇ ਨਾਲ ਇਹ ਲੜਾਈ ਲੜ ਰਹੇ ਨੇ। ਬਾਈ ਦੇਖੋ ਠੰਡ ਦੇ ਵਿੱਚ ਭਾਂਡੇ ਧੋਈ ਜਾਂਦਾ। ਬਾਪੂ ਸਤਿ ਸ਼੍ਰੀ ਅਕਾਲ, ਕੀ ਨਾਮ ਬਾਪੂ ਜੀ ਦਾ? ਹੈਂਜੀ ਗੁਰਮੀਤ ਸਿੰਘ, ਪਿੰਡ ਕਿਹੜਾ? ਮਹਾਰਾਜ, ਮਹਾਰਾਜ ਪਿੰਡ ਆ ਬਾਈਆਂ ਦਾ। ਆਹ ਤਰਪਾਲ ਦੇ ਉੱਤੋਂ ਦੀ ਪਾਣੀ ਆ ਜਿਹੜਾ ਉਹ ਐਂ ਚੋਈ ਜਾਂਦਾ ਥੱਲੇ ਡਰੰਮ ਦੇ ਵਿੱਚ, ਅਤੇ ਬਾਈ ਬਲਜੀਤ ਸਿੰਘ ਭਾਂਡੇ ਧੋਈ ਜਾਂਦਾ ਸਾਡਾ। ਗੋਡਿਆਂ ਤਿੱਕਰ ਉਹਨੇ ਪਜਾਮਾ ਚਾੜਿਆ ਹੋਇਆ, ਠੰਡ ਠੁੰਡ ਦਾ ਤਾਂ ਕੋਈ ਨਾਮੋ ਨਿਸ਼ਾਨ ਹੀ ਹੈ ਨਹੀਂ ਗਾ ਇਹਦੇ ਕੋਲ, ਬਾਈ ਕੋਲ। ਅਤੇ ਇੱਦਾਂ ਹੀ ਇਹ ਬਾਈਆਂ ਦਾ, ਚਾਹੇ ਉਹ ਛਕਣ ਵਾਲੇ ਆ, ਚਾਹੇ ਉਹ ਛਕਾਉਣ ਵਾਲੇ ਆ, ਸਾਰਿਆਂ ਦਾ ਜੋਸ਼ ਆ ਜਿਹੜਾ ਉਹ ਦੇਖਿਆ ਹੀ ਬਣਦਾ। ਆ ਤਰਪਾਲਾਂ ਦੇ ਥੱਲੇ, ਆ ਬੋਰੀਆਂ ਦੀਆਂ ਤਰਪਾਲਾਂ ਦੇ ਥੱਲੇ ਇਹ ਗੁਰੂ ਕਾ ਲੰਗਰ ਅਤੁੱਟ ਵਰਤ ਰਿਹਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਪੂ ਜੀ ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਬਾਪੂ ਜੀ, ਠੀਕ ਠਾਕ ਹੋ ਬਾਈ ਜੀ? ਸਾਰੇ ਜਾਣੇ ਠੀਕ ਹੋ? ਚੜ੍ਹਦੀ ਕਲਾ 'ਚੋਂ ਜੀ, ਚੜ੍ਹਦੀ ਕਲਾ 'ਚ ਬਾਈ ਸਾਰੇ ਸਾਡੇ, ਅਤੇ ਹੌਸਲੇ ਆ ਜਿਹੜੇ ਇਹਨਾਂ ਦੇ ਪੂਰੇ ਬੁਲੰਦ ਆ। ਬਲਵੀਰ ਸਿੰਘ ਕਾਰਪੋਰੇਸ਼ਨ, ਗੁਰਦੁਆਰਾ ਸਾਹਿਬ ਸਿੰਘ ਮਾੜੀ, ਜ਼ਿਲ੍ਹਾ ਬਠਿੰਡਾ। ਦੇਖੋ ਆ ਮੁੰਡੇ ਨੌਜਵਾਨ ਪਾਣੀ ਭਰ ਕੇ ਲੈ ਕੇ ਆਏ ਨੇ ਟਰੈਕਟਰ ਦੇ ਮਗਰ, ਟੈਂਕਰ ਭਰ ਕੇ। ਹੋਰ ਬਾਈ ਜੀ ਠੀਕ ਠਾਕ ਹੋ? ਹੋਰ ਵੀ ਜਵਾਨੋ ਠੀਕ ਹੋ ਬਾਈ? ਯਾਨੀ ਕਿ ਹਰ ਹਰ ਉਹ ਚੀਜ਼, ਹਰ ਉਹ ਇਨਸਾਨ ਇੱਥੇ ਖੁਸ਼ ਆ, ਹੌਸਲੇ 'ਚ ਆ, ਪੂਰੇ ਚੜ੍ਹਦੀ ਕਲਾ ਦੇ ਵਿੱਚ ਆ। ਅਤੇ ਇਹ ਗੁਰੂ ਕੇ ਲੰਗਰ ਵਰਤ ਰਹੇ ਨੇ ਤੁੱਟ, ਸਾਰੇ ਬੰਦੇ ਤਰਪਾਲਾਂ ਤਰਪੂਲਾਂ ਲਾ ਕੇ ਚੰਗੀ ਤਰ੍ਹਾਂ ਨਾਲ ਬੰਦ ਕਰਕੇ ਸਾਰਾ ਸਿਸਟਮ ਬੈਠੇ ਆ। ਇਹ ਪਿੰਡ ਹੈਗਾ ਜੀ ਬਲਾਕ ਗਾਈ ਭਵਾਨੀਗੜ੍ਹ, ਭਵਾਨੀਗੜ੍ਹ ਦੀ ਟਰਾਲੀ ਹੈ ਜੀ ਇਹ, ਡਕੌਂਦਾ ਵਾਲਿਆਂ ਦੀ। ਅਤੇ ਸੜਕ ਦੇ ਉੱਤੇ ਵੀ ਸੰਗਤਾਂ ਉਸੇ ਤਰ੍ਹਾਂ ਹੀ ਪੂਰੇ ਜੋਸ਼ ਦੇ ਵਿੱਚ ਅਤੇ ਪੂਰੇ ਜਾਹੋ ਜਲਾਲ ਦੇ ਵਿੱਚ, ਇੰਨੇ ਮੀਂਹ ਦੇ ਵਿੱਚ ਵੀ ਕਈ ਤੁਰ ਕੇ ਵੀ ਆਈ ਜਾਂਦੇ ਆ। ਮੀਂਹ ਆ ਜੀ, ਪਟਿਆਲਾ ਜ਼ਿਲ੍ਹਾ ਸੰਗਰੂਰ। ਕਿਸਾਨਾਂ ਦਾ ਟਰੈਕਟਰ ਮਾਰਚ, ਮੋਦੀ ਸਰਕਾਰ ਦੀ ਲੋਕ ਮਾਰੂ ਨੀਤੀਆਂ ਦੇ ਵਿਰੁੱਧ ਮੁੱਖ ਮੰਤਵ, ਤਿੰਨੇ ਖੇਤੀ ਬਾਰੇ ਜਾਰੀ ਕੀਤੇ ਆਰਡੀਨੈਂਸ ਵਾਪਸ ਲਓ, ਬਿਜਲੀ ਸੋਧ ਬਿੱਲ 2020 ਰੱਦ ਕਰੋ, ਡੀਜ਼ਲ ਅਤੇ ਪੈਟਰੋਲ ਦੇ ਰੇਟ ਘੱਟ ਕਰੋ। ਨੌਜਵਾਨ ਬਾਈ ਸਪਰੇ ਨੂੰ ਹੋ ਜਾ, ਬਾਈ ਟਰਾਲੀ ਦੇ ਵਿੱਚ ਬੈਠਿਆ, ਆਪਣਾ ਕੋਈ ਫੋਨ ਚਾਰਜ ਲੱਗਿਆ ਕਿਸੇ ਦੇ, ਕੋਈ ਫੋਨ 'ਤੇ ਗੱਲਬਾਤ ਕਰੀ ਜਾਂਦਾ, ਕੋਈ ਸਿਸਟਮ। ਬਾਈਆਂ ਦਾ ਹੌਸਲਾ ਦੇ
ਦੇਖੋ ਬਾਈਆਂ ਦਾ ਹੌਸਲਾ ਦੇਖੋ ਬਾਈ ਭਗਤ ਸਿੰਘ ਉਹਨਾਂ ਦੇ ਮਾਣਕ ਦੀਆਂ ਕਲੀਆਂ ਗਾ ਰਿਹਾ ਬਾਈ ਮਾਣਕ ਦੀਆਂ ਕਲੀਆਂ ਬੈਰੀ ਨੂੰ ਜਮਲ ਸਿੰਘ ਫੇਰ ਲੱਭਦਾ ਕੱਪਰੂ ਸੀ ਗੁੱਸੇ ਵਿੱਚ ਦੰਦ ਜੱਪਦਾ ਕਹਿੰਦਾ ਭੱਜਿਆ ਨੀ ਜਾਣ ਦਿੰਦਾ ਹੱਥ ਜਿਹੜੀ ਨੂੰ ਅੱਗਲੇ ਕੇ ਦੂਖ ਨੂੰ ਜੰਗਲ ਸ਼ਰਮ ਮੰਨ ਲਓ ਜੋ ਦੇ ਬਾਕੀ ਉੱਤੇ ਜੂਣਾ ਸੂਰ ਮੇਰੀ ਕਾਰਨਾ ਜਿਹਦੇ ਵਿੱਚ ਹੋਰ ਵਿਦੇਸ਼ੀ ਦਾ ਪਿਆਰ ਨਾ ਇਹਦੇ ਵਕਤੇ ਨਾ ਤੂੰ ਮੰਗਦਾ ਨਾ ਖੈਰ ਨੂੰ ਅੱਗੇ ਲਾ ਕੇ ਫੂਕ ਤੂੰ ਲੰਡਨ ਸ਼ਹਿਰ ਨੂੰ ਅੱਗੇ ਲਾ ਕੇ ਫੂਕ ਤੂੰ ਲੰਡਨ ਸ਼ਹਿਰ ਨੂੰ ਇਹ ਬਾਈ ਹੁਣੇ ਆ ਟੈਂਟ ਦੇ ਵਿੱਚ ਆ ਸੜਕ ਦੇ ਉੱਤੇ ਇਹ ਤੰਬੂ ਲੱਗਿਆ ਹੋਇਆ ਬਾਈਆਂ ਦਾ ਤੰਬੂ ਇੱਥੇ ਚਾਹ ਦਾ ਲੰਗਰ ਲਾਉਂਦੇ ਨੇ ਇਹ ਬਾਈ ਅਤੇ ਨਾਲ ਦੀ ਨਾਲ ਇਹ ਚਾਹ ਦੇ ਲੰਗਰ ਦੇ ਨਾਲ ਨਾਲ ਰਾਤ ਨੂੰ ਇਹ ਭਗਤ ਸਿੰਘ ਦੇ ਸ਼ਹੀਦ ਊਧਮ ਸਿੰਘ ਹੁਣਾਂ ਦੀਆਂ ਵਾਰਾਂ ਵੀ ਗਾਉਂਦੇ ਨੇ ਇਹ ਆ ਪੰਜਾਬ ਦੇ ਉਹ ਯੋਧੇ ਜਿਹੜੇ ਭਗਤ ਸਿੰਘ ਦੀ ਸੋਚ ਨੂੰ ਕਿੱਦਾਂ ਆਪਣੇ ਦਿਲ ਦੇ ਵਿੱਚ ਸੰਜੋਈ ਬੈਠੇ ਆ ਪਹਿਲੀ ਵਾਰ ਇਹਨਾਂ ਨੂੰ ਮੌਕਾ ਮਿਲਿਆ ਇਹ ਆਪਣੇ ਜਜ਼ਬਾਤਾਂ ਨੂੰ ਅਤੇ ਆਪਣੇ ਸੰਘਰਸ਼ ਨੂੰ ਲੜਨ ਦਾ ਨਹੀਂ ਤਾਂ ਹਮੇਸ਼ਾ ਪੋਲੀਟੀਕਲ ਪਾਰਟੀਆਂ ਨੇ ਹਮੇਸ਼ਾ ਸਾਨੂੰ ਵੇਚਿਆ ਖਰੀਦਿਆ ਸਾਡੇ ਜਿੰਨੇ ਵੀ ਸੰਘਰਸ਼ ਹੋਏ ਆ ਅਖੀਰ ਨੂੰ ਉਹ ਰਾਜਨੀਤਿਕ ਲੋਕਾਂ ਦੀ ਭੇਟ ਚੜ੍ਹ ਕੇ ਉਹ ਇਹਨਾਂ ਦੀਆਂ ਜਿਹੜੀਆਂ ਰਾਜਸੀ ਇਹਨਾਂ ਦੀਆਂ ਜਿਹੜੀਆਂ ਖੁਆਇਸ਼ਾਂ ਦੀ ਭੇਟ ਚੜ੍ਹ ਕੇ ਇਹਨਾਂ ਨੂੰ ਚੇਅਰਮੈਨੀਆਂ ਇਹਨਾਂ ਨੂੰ ਪ੍ਰਧਾਨਗੀਆਂ ਦੀ ਭੇਟ ਚੜ੍ਹ ਕੇ ਜਿੰਨੇ ਵੀ ਸੰਘਰਸ਼ ਹੋਏ ਆ ਹੁਣ ਤੱਕ ਉਹਨਾਂ ਸੰਘਰਸ਼ਾਂ ਦੇ ਵਿੱਚ ਹਮੇਸ਼ਾ ਪੋਲੀਟੀਕਲ ਲੋਕਾਂ ਨੇ ਇਨਵੋਲਵ ਹੋ ਕੇ ਇਹਨਾਂ ਨੂੰ ਤਾਰੋ ਪੀੜ ਕੀਤਾ ਆਪਦੇ ਹਿੱਤਾਂ ਦੇ ਲਈ ਵਰਤਿਆ ਪਹਿਲਾ ਇਹ ਸੰਘਰਸ਼ ਆ ਜਿਹਦੇ ਵਿੱਚ ਪੋਲੀਟੀਕਲ ਲੋਕ ਇਹ ਲੀਡਰ ਇਹ ਸਾਡੇ ਸਿਆਸੀ ਲੋਕਾਂ ਨੂੰ ਦੂਰ ਰੱਖਿਆ ਗਿਆ ਇਹਨਾਂ ਨੂੰ ਇੱਥੇ ਵੜਨ ਤੱਕ ਨਹੀਂ ਦਿੱਤਾ ਜਾ ਰਿਹਾ ਜੇ ਕੋਈ ਆ ਵੀ ਜਾਂਦਾ ਨੇੜੇ ਤੇੜੇ ਉਹਨੂੰ ਦਵੱਲਿਆ ਜਾਂਦਾ ਡੰਡੇ ਮਾਰ ਕੇ ਦਵੱਲਿਆ ਜਾਂਦਾ ਉਹਨਾਂ ਨੂੰ ਇਸ ਕਰਕੇ ਤਾਂ ਹੀ ਇਹ ਸੰਘਰਸ਼ ਸਤਿ ਸ਼੍ਰੀ ਅਕਾਲ ਬਾਈ ਤਾਂ ਹੀ ਇਹ ਸੰਘਰਸ਼ ਲੰਬਾ ਚੱਲ ਰਿਹਾ ਤਾਂ ਹੀ ਇਹ ਸੰਘਰਸ਼ ਆਪਣੇ ਪੜਾਅ ਵੱਲ ਨੂੰ ਵੱਧ ਰਿਹਾ ਤਾਂ ਹੀ ਇਹ ਸੰਘਰਸ਼ ਆਪਦੀ ਮੰਜ਼ਿਲ ਵੱਲ ਨੂੰ ਵੱਧ ਰਿਹਾ ਅਤੇ ਨਹੀਂ ਤਾਂ ਹੁਣ ਨੂੰ ਇਹਨਾਂ ਲੀਡਰਾਂ ਨੇ ਇਹਨੂੰ ਇਸ ਸੰਘਰਸ਼ ਨੂੰ ਕਦੋਂ ਦਾ ਵੇਚ ਦੇਣਾ ਸੀਗਾ ਇਹਨਾਂ ਲੀਡਰਾਂ ਨੇ ਕਦੋਂ ਦਾ ਇਸ ਸੰਘਰਸ਼ ਨੂੰ ਵੇਚ ਦੇਣਾ ਸੀਗਾ ਉਹ ਬਾਤ ਜੋ ਦਿਓ ਤੁਹਾਡੇ ਧੰਨਵਾਦ ਬਾਈ ਤੁਹਾਡਾ ਯਾਰ ਬਹੁਤ ਬਹੁਤ ਪੀ ਲੈਂਦੇ ਹਾਂ ਵੀਰੇ ਦੁੱਧ ਘੁੱਟ ਘੁੱਟ ਇੱਧਰ ਦੇਖੋ ਬਾਪੂ ਜੀ ਹੁਣੀ ਬਾਪੂ ਜੀ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਪੂ ਜੀ ਤੁਹਾਨੂੰ ਕਰੀਬ 3,500 ਬੰਦਾ ਦੇਖ ਰਿਹਾ ਜੀ ਕੀ ਕਹਿਣਾ ਚਾਹੁੰਦੇ ਹੋ ਮੋਦੀ ਸਰਕਾਰ ਬਾਰੇ ਬਾਪੂ ਇੰਨਾ ਮੀਂਹ ਪੈ ਰਿਹਾ ਠੰਡ ਇੰਨੀ ਆ ਕੋਈ ਹੌਸਲੇ 'ਚ ਕਮੀ ਆਈ ਆ ਆਪਣੇ ਮੋਦੀ ਸਰਕਾਰ ਕਾਲੇ ਕਾਨੂੰਨ ਵਾਹ ਜੀ ਵਾਹ ਬਾਪੂ ਜੀ ਉਹਨਾਂ ਦਾ ਹੌਸਲਾ ਦੇਖੋ ਬਾਪੂ ਕਹਿੰਦਾ ਉਹਨੂੰ ਹਾਂਜੀ ਹਾਂ ਹਾਂ ਪੂਰਾ ਬਾਪੂ ਸਾਡਾ ਖੂਨ ਵੈਸੇ ਹੀ ਵਧਿਆ ਪਿਆ ਅਸੀਂ ਗੁਰੂ ਤੇਗ ਬਹਾਦਰ ਮਹਾਰਾਜ ਦੀ ਗੋਦ 'ਚ ਬੈਠੇ ਹਾਂ ਅਸੀਂ ਉਹਦੇ ਬੱਚੇ ਹਾਂ ਸਾਡੇ ਨਾਲ ਨੇ ਅੱਜ ਸਾਡੇ ਦਸੇ ਗੁਰੂ ਸਾਡੇ ਸਿੰਘ ਸ਼ਹੀਦ ਸਾਰੇ ਬਿਲਕੁਲ ਬਾਪੂ ਕੁਰਬਾਨੀ ਦੇਣ ਲਈ ਆਏ ਹਾਂ ਸੱਚਾਈ ਇਹ ਅਤੇ ਕੁਰਬਾਨੀ ਦੇਵਾਂਗੇ ਆਪਾਂ ਅਤੇ ਗੁਰੂ ਸਾਹਿਬ ਆਪਣੇ ਨਾਲ ਆ ਜੀ ਕਿਹੜਾ ਪਿੰਡ ਆ ਬਾਪੂ ਤੁਹਾਡਾ ਕੋਟਲੀ ਸੱਕਾ ਅਜਨਾਲਾ ਤਹਿਸੀਲ ਅੰਮ੍ਰਿਤਸਰ ਜ਼ਿਲ੍ਹਾ ਬਾਪੂ ਬਹੁਤ ਧੰਨਵਾਦ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਨੌਜਵਾਨ ਰਾਤ ਨੂੰ ਦੇਖੋ ਦੁੱਧ
ਲੰਗਰ ਲਾਈ ਬੈਠੇ ਅੰਮ੍ਰਿਤਸਰ ਵਾਲੇ ਮਾਝੇ ਵਾਲੇ ਵੀਰ ਸਾਡੇ ਤਾਂ ਤੁਸੀਂ ਸ਼ਾਹਕੋਟ ਵਾਲੇ ਅੱਛਾ ਟਰਾਲੀ ਵਾਲਾ ਠੀਕ ਆ ਬਾਈ ਹਾਂਜੀ 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 ਗੁਰਪ੍ਰੀਤ ਸਿੰਘ ਹਾਂਜੀ ਮਨੁੱਖਤਾ ਦੀ ਸੇਵਾ ਹਾਂਜੀ ਹਾਂਜੀ ਬਾਪੂ ਜੀ ਸਵੇਰੇ ਮਾਰਿਓ ਬਾਪੂ ਕਿਹੜਾ ਠੀਕ ਹੈ ਹੋਰ ਵੀਰੇ ਕਿੰਨੇ ਕੁ ਨੌਜਵਾਨ ਆਏ ਹੋਏ ਹੋ ਮੈਂ ਬਦਲੀ ਕਰਦੇ ਰਹਿੰਦੇ ਹੋਏ ਦੋ ਚਾਰ ਆ ਜਾਂਦੇ ਦੋ ਚਾਰ ਚਲੇ ਜਾਂਦੇ ਆ ਵਾਹ ਜੀ ਵਾਹ ਆ ਥੱਲੇ ਦੇਖੋ ਬਾਈ ਦੇ ਪਾਣੀ ਪੈਰਾਂ ਦੇ ਵਿੱਚ ਜਲ ਥਲ ਹੋਇਆ ਖੜਾ ਜੀ ਤੇ ਆ ਪਾਣੀ ਦੇ ਵਿੱਚ ਗਿੱਟੇ ਗਿੱਟੇ ਪਾਣੀ ਆ ਤੇ ਇਹਦੇ 'ਚ ਵੀ ਲੰਗਰ ਲਾਈ ਖੜੇ ਆ ਨੌਜਵਾਨ ਦੇਖੋ ਬਾਈ ਜਜ਼ਬਾ ਦੇਖੋ ਯਾਰ ਇਹਨਾਂ ਦਾ ਜੋਸ਼ ਦੇਖੋ ਬਾਈ ਇਹਨਾਂ ਨੂੰ ਮੋਦੀ ਹਰਾ ਦੂ ਉਹ ਇਹਨਾਂ ਨੂੰ ਹਰਾ ਦੂ ਸ਼ਹੀਦ ਭਗਤ ਸਿੰਘ ਉਹਨਾਂ ਦੇ ਇਹ ਵਾਰਸ ਸ਼ਹੀਦ ਊਧਮ ਸਿੰਘ ਉਹਨਾਂ ਦੇ ਵਾਰਸ ਅਤੇ ਇਹਨਾਂ ਨੂੰ ਹਰੀ ਸਿੰਘ ਨਲੂਆ ਬੰਦਾ ਸਿੰਘ ਬਹਾਦਰ ਦੇ ਵਾਰਸਾਂ ਨੂੰ ਹਰਾ ਦੂ ਉਹ ਨਹੀਂ ਹਰਾ ਸਕਦਾ ਉਹ ਸਾਨੂੰ ਉਹਦੀ ਔਕਾਤ ਹੀ ਨਹੀਂ ਵੀ ਸਾਨੂੰ ਹਰਾ ਦੇਵੇ ਇਹ ਤਾਂ ਸਾਡਾ ਕਲਗੀਆਂ ਵਾਲਾ ਸਾਨੂੰ ਇੱਥੇ ਲਈ ਬੈਠਾ ਜਿਹੜਾ ਸਾਡਾ ਬਾਬਾ ਨਾਨਕ ਸਾਨੂੰ ਇੱਥੇ ਲਈ ਬੈਠਾ ਉਹ ਆਪਦੀ ਬੁੱਕਲ ਦਾ ਨਿੱਘ ਦੇ ਰਿਹਾ ਸਾਨੂੰ ਉਹ ਦਿਖਾ ਰਿਹਾ ਸਾਨੂੰ ਵੀ ਪੁੱਤਰੋ ਤੁਸੀਂ ਕੌਣ ਹੋ ਕੀ ਹੋ ਤੁਸੀਂ ਤੁਹਾਡੇ ਇਸ ਪਿੰਡੇ 'ਤੇ ਕਿਹੜੀਆਂ ਕਿਹੜੀਆਂ ਉਹ ਠੰਡੀਆਂ ਰਾਤਾਂ ਤੁਸੀਂ ਕੱਟੀਆਂ ਤੁਹਾਡੇ ਵੱਡਿਆਂ ਨੇ ਕਿੱਦਾਂ ਉਹਨਾਂ ਨੇ ਆਪਣੇ ਖੂਨ ਨੂੰ ਇਕੱਲੀ ਇਕੱਲੀ ਬੂੰਦ ਨੂੰ ਖੂਨ ਦੀ ਨੂੰ ਸਜੋ ਕੇ ਇਹ ਧਰਮ ਇਹ ਇਹ ਪੰਜਾਬ ਸਿਰਜਿਆ ਸੀ ਕਿੱਦਾਂ ਇਹਨਾਂ ਲੀਡਰਾਂ ਨੇ ਖੇਰੂ ਖੇਰੂ ਕਰਤਾ ਸੀ ਇਹ ਪੰਜਾਬ ਹੁਣ ਉੱਠ ਕੇ ਖੜਾ ਹੋ ਗਿਆ ਅੱਜ ਦਾ ਜਵਾਨ ਅੱਜ ਦੇ ਨੌਜਵਾਨ ਕਿੰਨੀ ਉਮਰ ਆ ਪੁੱਤ ਤੇਰੀ ਕੀ ਨਾਮ ਆ ਪੜ੍ਹਦਾ ਪੁੱਤ ਕਿਹੜੀ ਕਲਾਸ 'ਚ ਕਲਾਸ 2 ਤੂੰ ਵੀ ਪੁੱਤਰਾ 17 ਸਾਲ ਕੀ ਨਾਂ ਤਰਨਦੀਪ ਸਿੰਘ ਪੜ੍ਹਦਾ ਕਿਹੜੀ ਕਲਾਸ 'ਚ ਰੋਈ ਕਾਹਨੂੰ ਜਾਂਦਾ ਅੱਖਾਂ 'ਚ ਧੂੰਆਂ ਪੈ ਗਿਆ ਮੁੰਡੇ ਦੀਆਂ ਅੱਖਾਂ ਲਾਲ ਹੋਈਆਂ ਪਈਆਂ ਤੇਰਾ ਕੀ ਨਾਂ ਵੀਰੇ ਗੁਰਪ੍ਰੀਤ ਸਿੰਘ ਮੇਰਾ ਨਾਂ ਵੀ ਗੁਰਪ੍ਰੀਤ ਸਿੰਘ ਹੀ ਆ ਕਿੰਨਾ ਪੜ੍ਹਿਆ ਮਕੈਨੀਕਲ ਦਾ ਡਿਪਲੋਮਾ ਕਰਕੇ ਨੌਜਵਾਨ ਗਿੱਟੇ ਗਿੱਟੇ ਪਾਣੀ 'ਚ ਖੜਾ ਲੰਗਰ ਲਾਈ ਜਾਂਦਾ ਇਹ ਲੰਗਰ ਲਾਈ ਜਾਂਦਾ ਗੁਰਪ੍ਰੀਤ ਸਿੰਘ ਬਹੁਤ ਧੰਨਵਾਦ ਛੋਟੇ ਵੀਰ ਜਿਉਂਦੇ ਵਸਦੇ ਰਹੋ ਬਾਈ ਜਿਉਂਦੇ ਵਸਦੇ ਰਹੋ ਚੜ੍ਹਦੀ ਕਲਾ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿੱਥੋਂ ਆਏ ਖਾਲਸਾ ਜੀ ਲੁਧਿਆਣੇ ਤੋਂ ਬਾਈ ਉੱਥੋਂ ਪ੍ਰਸ਼ਾਦਾ ਤਿਆਰ ਕਰਕੇ ਲੈ ਕੇ ਆਏ ਹੋ ਵਾਹ ਹਰ ਰੋਜ਼ ਲੈ ਕੇ ਆਉਂਦੇ ਹੋ ਕਿ ਕਿੱਦਾਂ ਪ੍ਰਸ਼ਾਦ ਕਰਕੇ ਥੱਲੇ ਪਾਣੀ ਖੜਾ ਹੋ ਗਿਆ ਆ ਕੇ ਭਾਂਡਿਆਂ 'ਚ ਗੰਦਾ ਪਾਣੀ ਪੈ ਗਿਆ ਉਸ ਕਰਕੇ ਅੱਜ ਘੱਟੋ ਘੱਟ 9-8 ਲੰਗਰ ਇੱਕ ਕਿਲੋਮੀਟਰ 'ਚ ਹੀ ਬੰਦ ਆ ਜਿਹੜੇ ਵਾਹ ਜੀ ਵਾਹ ਵਾਹ ਲੰਡੇ ਕੇ ਲੁਧਿਆਣੇ ਖੰਨੇ ਕੋਲ ਨਸਰਾਲੀ ਬਾਈ ਤੁਹਾਡਾ ਵੀ ਨਸਰਾਲੀ ਆ ਨਸਰਾਲੀ ਵਾਲੇ ਤੇ ਲੰਡੇ ਕੇ ਵਾਲੇ ਬਾਈ ਸਲਾਮ ਆ ਯਾਰ ਬਾਈ ਤੁਹਾਨੂੰ ਯਾਰ ਨਹੀਂ ਨਹੀਂ ਬਾਈ ਯਾਰ ਤੁਸੀਂ ਪੰਜਾਬ ਤੋਂ ਪ੍ਰਸ਼ਾਦਾ ਤਿਆਰ ਕਰਕੇ ਦਿੱਲੀ ਲਿਆਏ ਹੋ ਯਾਰ ਸਲਾਮ ਆ ਤੁਹਾਨੂੰ ਬਾਈ ਬੋਲੇ ਸੋਨਿਹਾ ਮੋਦੀ ਸਰਕਾਰ ਮੁਰਦਾਬਾਦ ਮੋਦੀ ਸਰਕਾਰ ਮੁਰਦਾਬਾਦ ਜਿੰਦਾਬਾਦ ਬਾਈ ਨੇ ਨੀ ਕਿਹਾ ਭਾਈ ਉਹਨੇ ਇੱਕ ਨੇ ਨਾਰਾ ਦੂਜਾ ਲਾਤਾ ਜੀ ਕਿਸਾਨ ਜੁਲੀਆਂ ਨੇ ਜਿੰਦਾਬਾਦ ਅੱਬਾ ਬਾਈ ਤੁਹਾਡੇ ਜਿਉਂਦੇ ਵਸਦੇ ਰਹੋ ਯਾਰ ਬਾਈ ਆ ਦੇਖੋ ਬਾਈ ਉੱਪਰ ਮੀਂਹ ਪੈ ਰਿਹਾ ਥੱਲੇ ਪਾਣੀ ਜਲ ਥਲ ਹੋਇਆ ਪਿਆ ਤੇ ਬਾਈ ਵਿੱਚ ਪ੍ਰਸ਼ਾਦਾ ਦੇਖੋ ਸਬਜ਼ੀ ਓਕੇ ਬਾਈ ਗਾਜਰ ਮਟਰ ਦੀ ਸਬਜ਼ੀ ਬਾਈ ਹੁਣੀ ਤਿਆਰ ਕਰਕੇ ਲੈ ਕੇ ਆਇਆ ਤੇ ਫੁਲਕਾ ਬਾਈ ਦਿਓ ਇੱਕ ਫੁਲਕੇ ਦੇ ਪਾ ਕੇ ਇਹਦਾ ਯਾਰ ਭੋਗ ਹੀ ਪ੍ਰਸ਼ਾਦ ਸਮਝ ਕੇ ਛਕ ਲਾਂਗੇ ਯਾਰ ਅਸੀਂ ਤੁਹਾਡਾ ਇਹਦੇ 'ਚ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਨਾ ਪ੍ਰਸ਼ਾਦ ਆ ਬਸ ਬਾਈ ਅਸੀਂ ਉੱਥੇ ਜਾ ਕੇ ਛਕਾਂਗੇ ਬਾਈ ਯਾਰ ਮੈਂ ਛਕਿਆ ਹੋਇਆ ਸੀ ਫਿਰ ਵੀ ਯਾਰ ਤੁਹਾਡੀ ਸ਼ਿੱਦਤ ਨਾਲ ਬਣਿਆ ਪ੍ਰਸ਼ਾਦਾ ਜ਼ਰੂਰ ਖਾਵਾਂਗੇ ਯਾਰ ਧੰਨਵਾਦ ਬਾਈ ਧੰਨਵਾਦ ਇਹ ਆ ਬਾਈ ਜਾਹੋ ਜਲਾਲ ਅਤੇ ਇਹ ਆ ਜੋਸ਼ ਇਹ ਚੀਜ਼ਾਂ ਆਪਾਂ ਸ਼ਾਇਦ ਨਿਊਜ਼ ਚੈਨਲਾਂ 'ਤੇ ਜਾਂ ਹੋਰ ਪਾਸੇ ਨਹੀਂ ਦੇਖ ਸਕਦੇ ਜਿਹੜੀਆਂ ਗਰਾਊਂਡ ਲੈਵਲ 'ਤੇ ਆ ਬਾਈ ਸਤਿ ਸ਼੍ਰੀ ਅਕਾਲ
ਬਾਈ ਕਿਹੜਾ ਨਗਰ ਆ ਬਾਈਆਂ ਦਾ? ਜਲੰਧਰ ਤੋਂ ਬਾਈ ਕਿੱਧਰ ਨੂੰ ਚੱਲੇ ਹੋ ਬਾਈ? ਹੁਣ ਟਰਾਲੀਆਂ ਕੋਲ ਚੱਲੇ ਹੋ ਬਾਈ, ਸੇਵਾ ਕਰਾ ਕੇ ਆਏ? ਸੇਵਾ? ਵਾਹ ਬਈ ਵਾਹ, ਇਹ ਮੁੰਡੇ ਲੰਗਰਾਂ 'ਚ ਸੇਵਾ ਕਰਾਉਣ ਜਾਂਦੇ ਨੇ, ਸਾਰਾ ਦਿਨ ਸੇਵਾ ਕਰਾਉਂਦੇ ਨੇ ਲੰਗਰਾਂ ਦੇ ਵਿੱਚ, ਫਿਰ ਸ਼ਾਮ ਨੂੰ ਰਾਤ ਨੂੰ ਜਾ ਕੇ ਆਪਦੀਆਂ ਟਰਾਲੀਆਂ 'ਚ ਪੈ ਜਾਂਦੇ ਆ। ਕੋਈ ਭੇਦਭਾਵ ਨਹੀਂ, ਕੋਈ ਕਿਸੇ ਨਾਲ ਜੈਲਸਬਾਜ਼ੀ ਨਹੀਂ ਵੀ ਮੈਂ ਜਲੰਧਰ ਦਾ, ਮੈਂ ਪੰਜਾਬ ਲੁਧਿਆਣੇ ਦਾ, ਮੈਂ ਮਲਵਈ ਹਾਂ, ਮੈਂ ਦਾਬੇ ਦੁਆਬੇ ਦਾ, ਮੈਂ ਮਾਝੇ ਦਾ, ਬਾਈ ਸਭ ਰਲ ਮਿਲ ਕੇ ਬਾਈ, ਨਾ ਇੱਥੇ ਕੋਈ ਜਾਤ ਨਾ ਧਰਮ ਪੁੱਛਦਾ, ਨਾ ਬਾਈ ਕੋਈ ਬੰਦਾ ਪੁੱਛਦਾ ਵੀ ਤੂੰ ਕਿਹੜੀ ਪਾਰਟੀ ਦਾ। ਸਾਨੂੰ ਪਾਰਟੀਆਂ ਨੇ ਵੰਡਿਆ ਸੀ ਬਾਈ, ਸਾਨੂੰ ਮਾਰਿਆ ਲੀਡਰਾਂ ਨੇ, ਆ ਮਾਰਨਾ ਗਾਂਹ ਵੀ ਸਾਨੂੰ ਲੀਡਰਾਂ ਨੇ ਆ ਬਾਈ। ਆ ਬਾਈ ਦੇਖੋ ਕਿੱਡਾ ਛਤਰ ਚੱਕੀ ਆਉਂਦਾ, ਉਹਨਾਂ ਵਾਲੇ ਚੱਕ ਲਿਆ ਜਿਹੜੇ ਕੰਪਨੀ ਕੁੰਪਣੀ ਵਾਲਿਆਂ ਦੇ ਕਿਸੇ ਦਾ। ਬਾਈ ਲੀਡਰਾਂ ਤੋਂ ਬਚ ਜਿਓ, ਸਾਰਾ ਕੁਛ ਹੀ ਹੋਜੂ ਬਾਈ। ਜੇ ਦੁਬਾਰਾ ਫਿਰ ਪੰਜਾਬ ਜਾ ਕੇ ਉਹੀ ਫਲਾਨਾ ਜਿੰਦਾਬਾਦ, ਧਮਕਾ ਜਿੰਦਾਬਾਦ ਕਰਨਾ ਤੁਸੀਂ ਯਾਰ, ਫਿਰ ਤਾਂ ਫਿੱਟ ਲਾਉਣ ਤਾਂ ਆਪਣੇ ਵਾਸਤੇ। ਆ ਇੰਨਾ ਕੁਛ ਕਰਨਾ, ਆ ਠੰਡ 'ਚ ਮਰਨਾ, ਆ ਮੀਂਹ ਦੇ ਵਿੱਚ ਇੱਦਾਂ। ਬਾਈ ਦੇਖੋ ਆ ਇਹਨਾਂ ਨੇ ਲੰਗਰ ਚਲਾਉਣਾ ਸਵੇਰ ਨੂੰ, ਬਾਈਆਂ ਨੇ ਰਾਤ ਦਾ ਹੀ, ਰਾਤ ਨੂੰ ਹੀ ਲੱਗੇ ਪਏ ਆ ਵੀ ਸਵੇਰੇ ਸਾਰੇ ਉੱਠ ਕੇ। ਸਤਿ ਸ਼੍ਰੀ ਅਕਾਲ ਬਾਈ, ਵੀ ਸਵੇਰੇ ਉਹ ਸਾਰੇ ਉੱਠ ਕੇ ਗੁਰੂ ਘਰ ਲੰਗਰ ਚਲਾਉਣਾ। ਦੇਖੋ ਕੜਾਹੀਆਂ ਦੇ ਵਿੱਚ ਜਿਹਦੇ ਵਿੱਚ ਪਕੌੜੇ ਬਣਾਉਂਦੇ, ਉਹ 'ਚ ਵੀ ਗੰਦਾ ਪਾਣੀ ਪਿਆ ਕਿਉਂਕਿ ਸਾਰੀਆਂ ਤਰਪਾਲਾਂ ਚੋਗੀਆਂ, ਸਭ ਕੁਛ ਉੱਤੋਂ ਗਿੱਲਾ ਹੋ ਗਿਆ। ਪਰ ਫਿਰ ਵੀ ਬਾਈ ਸਵੇਰ ਨੂੰ ਲੰਗਰ ਚੱਲੂਗਾ ਨਾ, ਚਲਾਵਾਂਗੇ ਹੌਸਲੇ। ਆ ਦੇਖੋ ਹੁਣ ਲੱਗਿਆ ਪਿਆ ਬਾਈ, ਹੱਥਾਂ ਦੇ ਨਾਲ ਹੀ ਲੱਗੇ ਪਏ ਨੇ ਗੰਦੇ ਨਾਲਿਆਂ ਨੂੰ ਸਾਫ਼ ਕਰਨ, ਇਹਨਾਂ ਨਾਲਿਆਂ ਦੇ ਵਿੱਚ ਪਾਣੀ ਕੱਢਣ, ਕਿਉਂਕਿ ਇੱਥੇ ਕੋਈ ਪ੍ਰਬੰਧ ਤਾਂ ਹੈ ਨਹੀਂ ਬਾਈ, ਇੱਥੇ ਕੋਈ ਜ਼ਿੰਮੇਵਾਰੀ ਤਾਂ ਹੈ ਨਹੀਂ, ਨਾ ਪ੍ਰਸ਼ਾਸਨ ਦੀ ਆ ਅਤੇ ਨਾ ਹੀ ਕੋਈ ਹੋਰ ਸਿਸਟਮ ਆ, ਇੱਥੇ ਆਪ ਹੀ ਲੱਗੇ ਹੋਏ ਨੇ ਬਾਈ ਸਵੇਰ ਨੂੰ ਗੁਰੂ ਘਰ ਲੰਗਰ ਵਰਤਾਉਣਾ। ਇਹ ਪਟਿਆਲੇ ਜ਼ਿਲ੍ਹੇ ਦੇ ਆ ਬਾਈ, ਪਟਿਆਲੇ ਜ਼ਿਲ੍ਹੇ ਦੇ ਵਿੱਚ ਬਾਈਆਂ ਦਾ ਪਿੰਡ ਆ ਬਾਈ। ਕਿਹੜਾ ਪਿੰਡ ਆ? ਰੋੜਗੜ੍ਹ ਬਾਈ। ਇਹ ਪਕੌੜਿਆਂ ਦਾ ਲੰਗਰ ਲਾਉਂਦੇ ਨੇ, ਪ੍ਰਸ਼ਾਦਾ ਯਾਨੀ ਕਿ ਪੂਰੀ ਜ਼ਿੰਮੇਵਾਰੀ ਦੇ ਨਾਲ, ਪੂਰੀ ਸ਼ਿੱਦਤ ਦੇ ਨਾਲ ਪ੍ਰਸ਼ਾਦਾ ਸੰਗਤ ਨੂੰ ਛਕਾਉਂਦੇ ਨੇ। ਕਿੱਦਣ ਆਏ ਸੀ ਬਾਈ ਤੁਸੀਂ? ਕਿੰਨ ਤਰੀਕ ਨੂੰ ਆਏ ਸੀ ਇੱਥੇ ਪ੍ਰਸ਼ਾਦਾ ਲੈ? ਭੁੱਲ ਹੀ ਗਏ ਹੁਣ ਨਹੀਂ ਪਤਾ ਬਾਈ ਕਿੰਨੀ ਤਰੀਕ ਨੂੰ ਆਏ। ਜਿੱਦਣ ਮੋਤੀ ਕਰੋ, ਸਹੀ ਗੱਲ ਆ ਜੀ, ਗੰਦਾ ਪਾਣੀ ਕੜਾਹੀ ਦੇ ਵਿੱਚ ਵੀ ਪਿਆ ਪਿਆ। ਹਰਿਆਣੇ ਵਾਲੇ ਬਾਈ ਐਨ ਟਰਾਲੀਆਂ ਬੰਦ ਕਰੀ ਬੈਠੇ ਆ, ਚਾਰੇ ਪਾਸਿਓ ਸੀਲ ਕਰੀਆਂ ਹੋਈਆਂ ਟਰਾਲੀਆਂ, ਤਰਪਾਲਾਂ ਪਾਈਆਂ ਹੋਈਆਂ ਚਾਰੇ ਪਾਸਿਓ। ਸਾਡੇ ਗੁਰੂਆਂ ਦੇ ਘੋੜੇ ਵੀ ਦੇਖੋ ਖੜ੍ਹੇ ਆ ਮੀਂਹ ਦੇ ਵਿੱਚ, ਠੰਡ ਦੇ ਵਿੱਚ, ਜਿੱਥੇ ਲੀ ਲਿਖਿਆ, ਜਿੱਥੇ ਬੋਡਲੈਂਡ ਲਿਖਿਆ, ਜਿੱਥੇ ਨਾਇਕੀ ਲਿਖਿਆ, ਜਿੱਥੇ ਰੀਬੋਕ ਲਿਖਿਆ, ਉੱਥੇ ਥੱਲੇ ਖੜ੍ਹਾ ਘੋੜਾ ਹਿਣਕੀ ਜਾਂਦਾ, ਚਿੱਟਾ ਘੋੜਾ। ਦੇਖੋ ਕਿਵੇਂ TDI ਮਾਲ, ਉੱਥੇ ਲੋਕ ਪਾਰਕ ਦੇ ਵਿੱਚ ਵੜਨ ਤੋਂ ਮਨਾਈ ਜੀ ਲੋਕਾਂ ਦੀ, ਇੱਥੇ ਸਿੰਘਾਂ ਨੇ ਘੋੜੇ ਬੰਨਤੇ ਜੀ ਘੋੜੇ। ਆਹ ਸਾਡਾ ਸਟੋਰ ਆ ਜੀ, ਸਟੋਰ ਦੇ ਉੱਤੋਂ ਪਾਣੀ ਐਂ ਚੋਰਿਆ ਵਾ, ਪ੍ਰਣਾਲੀ ਚੱਲਦੇ ਆ, ਸਾਰੀ ਰਾਤ ਦਾ ਡਰ ਹੀ ਆ ਵੀ ਕਿਤੇ ਅੰਦਰ ਨਾ ਪਾਣੀ ਪੈ ਜਾਵੇ, ਸਟੋਰ ਦੇ ਸਾਰਾ ਕੁਛ ਹੀ ਭਿੱਜ ਜੂ ਸਾਡਾ ਲੀੜਾ ਕੱਪੜਾ, ਜੋ ਸੰਗਤਾਂ ਵੱਲੋਂ ਭੇਜਿਆ ਗਿਆ ਵਾ। ਵੈਸੇ ਅੱਜ ਅਸੀਂ ਪ੍ਰਬੰਧ ਤਾਂ ਬਹੁਤ ਕੀਤੇ ਆ, ਮੁੰਡਿਆਂ ਨੇ ਮਿਹਨਤ ਤਾਂ ਬਹੁਤ ਕੀਤੀ ਆ, ਦੇਖਦੇ ਹਾਂ ਬਾਕੀ ਸੱਚੇ। ਉਹ ਦੇਖੀ 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 ਕੁਛ ਦੇਖੋ ਕਿੱਦਾਂ ਪਾਣੀ ਐਂ ਆਉਂਦਾ। ਆਹ ਸਵੇਰ ਦਾ ਸਮਾਨ ਜੋ ਤਰਪਾਲਾਂ ਵਰਤਾਈ ਜਾਂਦੇ ਆ, ਉਹਨਾਂ ਦੇ ਕਵਰ, ਉਹਨਾਂ ਦੀਆਂ ਆਹ ਉੱਪਰੋਂ ਸੇਬੇ ਸੂਬੇ ਇੰਨਾ ਕੁਛ ਨਿਕਲ ਜਾਣੀ ਕਿ ਸਵੇਰ ਦੀ ਅੱਜ ਘੱਟੋ ਘੱਟ ਨਹੀਂ ਤਾਂ 500-600 ਤਾਂ ਤਰਪਾਲ ਵਰਤਾਤੀ, ਹਜ਼ਾਰਾਂ ਹੀ ਕੰਬਲ, ਕੋਟੀਆਂ, ਸਵੈਟਰ, ਜੈਕਟਾਂ, ਜਰਾਬਾਂ, ਗੋਡੇ, ਬੋਡੀ ਵਾਰਮਰ, ਯਾਨੀ ਕਿ ਕਿਹੜੀ ਚੀਜ਼ ਆ ਜਿਹੜੀ ਸੰਗਤਾਂ ਵੱਲੋਂ ਨਹੀਂ ਭੇਜੀ ਗਈ ਇੱਥੇ ਵਰਤਾਉਣ ਲਈ, ਅਤੇ ਕਿਹੜੀ ਚੀਜ਼ ਆ ਜਿਹੜੀ ਪਹਿਨਣ ਵਾਸਤੇ ਨਹੀਂ ਭੇਜੀ ਗਈ ਸੰਗਤਾਂ ਵੱਲੋਂ। ਆਹ ਫੜ ਲਈ ਕਾਕਾ ਛਤਰੀ ਬਾਈ, ਆਹ ਛਤਰੀ ਫੜੀ, ਆਹ ਛਤਰੀ ਫੜਿਓ। ਅਤੇ ਹਜੇ ਵੀ ਗੁਰੂ ਘਰ ਲੰਗਰ ਆ ਜਿਹੜਾ ਅਤੁੱਟ ਵਰਤੀ ਜਾ ਰਿਹਾ, ਹਜੇ ਵੀ ਸਾਡੇ ਵੀਰ, ਕਿਉਂਕਿ ਲੰਗਰ ਅੱਜ ਘੱਟ ਆ,
इस करके आले दुआले दे सारे लोग आ जिहड़े वो साडे वल नूं आ रहे आ। की टाइम हो गया भाई राजू? 9:15 ਸਾਡਾ ਕਾਫੀ ਗੱਲ ਵੀਰੇ ਆ ਸਟੋਰ ਆ ਜੀ ਸਾਡਾ। ਇੱਕ ਮਿੰਟ ਆਇਆ ਹੋਰ ਵੀਰੇ ਠੀਕ ਹੋ? ਆ ਸਟੋਰ ਆ ਜੀ ਸਾਡਾ, ਸਟੋਰ ਵੀ ਯਾਨੀ ਕਿ ਖਿਲਾਰਾ ਪਿਆ ਪਿਆ ਬਹੁਤ ਜ਼ਿਆਦਾ ਅਤੇ ਅੱਜ ਸਵੇਰ ਦੇ ਵਰਤਾਈ ਜਾਂਦੇ ਹਾਂ। ਪਾਣੀ ਕੱਢੀ ਜਾਂਦੇ ਮੁੰਡੇ ਦੇਖੋ ਅੰਦਰੋਂ ਪਾਣੀ ਉੱਪਰ ਬਹੁਤ ਖੜ ਰਿਹਾ, ਚੋਣ ਲੱਗ ਗਿਆ ਇੱਧਰੋਂ ਵੀ ਚੋਣ ਲੱਗ ਗਿਆ। ਰਾਤ ਨੂੰ ਤਾਂ ਔਖਾ ਹੋਊ ਕੰਮ, ਮੈਂ ਤੁਹਾਨੂੰ ਕਿਹਾ ਇੱਥੇ ਇੱਕ ਬਾਂਸ ਲਾ ਦਿਓ, ਇੱਕ ਇੱਥੇ ਲਾ ਦਿਓ, ਇੱਕ ਉੱਤੇ ਲਾ ਦਿਓ। ਮੈਂ ਜਾਣ ਲੱਗੇ ਪੁੱਤ ਕਹਿ ਗਿਆ ਸੀ ਤੈਨੂੰ, ਤਾਰਾ ਪਾਣੀ ਬਾਹਲਾ ਖੜ ਗਿਆ, ਤਾਰਾ ਚੱਕੇ ਨਹੀਂ ਜਾਣਾ ਪਾਣੀ ਇੰਨਾ, ਕਿਉਂਕਿ ਇੱਧਰੋਂ ਤਾਂ ਉੱਚਾ ਬਹੁਤ ਆ, ਪਰਲੀ ਸਾਈਡ ਤੋਂ ਉੱਤੇ ਚੜ੍ਹ, ਹੱਥਾਂ ਨਾਲ ਚੱਕ ਕੇ ਦੇਖੋ ਤਾਂ ਚੜ੍ਹ ਕੇ। ਚਲੋ ਲਾਈਵ ਅਸੀਂ ਬੰਦ ਕਰਦੇ ਜੀ, ਸਾਡਾ ਸਟੋਰ ਚੋਣ ਲੱਗ ਚੱਲਿਆ ਅਤੇ ਬਸ ਇਹੀ ਬੇਨਤੀ ਹੈ ਬਾਈ ਜੀ, ਜਿਹੜੇ ਨਹੀਂ ਆਏ ਉਹ ਵੀ ਜ਼ਰੂਰ ਆਓ, ਆ ਕੇ ਇੱਥੇ ਸੰਘਰਸ਼ ਦਾ ਹਿੱਸਾ ਬਣੋ। ਆ ਦੇਖੋ ਬਾਈ ਜੀ ਡੰਡਾ ਲਈ ਖੜਾ ਵਿਚਾਰਾ, ਮੈਟ ਇਕੱਠੇ ਕਰੀ ਜਾਂਦਾ ਬਾਈ, ਗਿੱਲਾ ਹੋ ਗਿਆ ਸਾਰਾ ਕੁਛ ਹੀ। ਰਜਿੰਦਰ ਪ੍ਰਧਾਨ ਸਾਡਾ ਯਾਰ, ਰਜਿੰਦਰ ਠੀਕ ਆ ਬਾਈ? ਜਿਹੜੇ ਟਰਾਲੀਆਂ 'ਚ ਲੈ ਕੇ ਜਾਣ ਨੂੰ ਕਹਿੰਦੇ ਦੇਈ ਚੱਲੋ, ਹੈ ਨਾ, ਜਿਹੜੇ ਲੈ ਕੇ ਜਾਣਾ ਚਾਹੁੰਦੇ ਭੇਜੀ ਚੱਲੋ, ਪੈਕ ਕਰਕੇ ਦੇਈ ਚੱਲੋ ਬਾਈ। ਹਾਂ ਹੋਰ ਜੀ ਖਾਲਸਾ ਜੀ ਠੀਕ ਠਾਕ ਹੋ ਜੀ? ਚੱਲ ਰਿਹਾ ਟੁੱਟ ਲੰਗਰ ਵਰਤ ਰਿਹਾ ਜੀ। ਕੀ ਕਹਿਣਾ ਚਾਹੁੰਦੇ ਹੋ ਮੋਦੀ ਸਰਕਾਰ ਬਾਰੇ ਜੀ? ਉਹਨੂੰ ਦੇਖ ਰਿਹਾ 4,000 ਬੰਦਾ ਦੇਖ ਰਿਹਾ, 4,500 ਬੰਦਾ। ਵਾਪਸ ਲੈਣੇ ਚਾਹੀਦੇ, ਬਿਲਕੁਲ ਉਹਦੀ ਨਲਾਇਕੀ ਹੈ ਭਾਈ, ਉਹਨੂੰ ਸੁਣਨਾ ਚਾਹੀਦਾ। ਸਹੀ ਗੱਲ ਆ, ਮੋਦੀ ਸਰਕਾਰ ਨੂੰ ਇਹ ਗੱਲ ਦੇਖਣੀ ਚਾਹੀਦੀ ਆ। ਆ ਸਤਨਾਮ ਸਿੰਘ ਆ ਸਾਡਾ ਮੁੰਡਾ ਮੰਡੀਰਾਂ ਤੋਂ, ਸਤਨਾਮ ਕੀ ਕਹਿਣਾ ਪੁੱਤ ਮੋਦੀ ਨੂੰ, ਕੀ ਕਹਿਣਾ ਚਾਹੁੰਦਾ? ਘਰਾਂ ਨੂੰ ਜਾਣ, ਜਿਹੜੇ ਵਿਚਾਰੇ ਇੱਥੇ ਸੜਕਾਂ 'ਤੇ ਅਣਅਣਾਈਆਂ ਮੌਤਾਂ ਹੋਈ ਜਾਂਦੀਆਂ ਉਹ ਬਚ ਸਕਣ, ਹੈ ਨਾ ਭਾਈ ਮੋਦੀ ਸਾਹਿਬ ਸਮਝੋ ਇਸ ਗੱਲ ਨੂੰ। ਸਾਡਾ ਸਤਨਾਮ ਸਿੰਘ ਵੀਰ ਆ ਜਿਹੜਾ ਉਹ ਬੇਨਤੀ ਕਰ ਰਿਹਾ ਤੁਹਾਨੂੰ ਭਾਈ, ਇੱਕ ਕਾਨੂੰਨ ਆ ਜਿਹੜੇ ਕਾਲੇ ਵਾਪਸ ਲੈ ਜਾਣ। ਸਾਡੇ ਪ੍ਰਧਾਨ ਜੀ ਰਾਜੂ ਜੀ ਵੀ ਤੁਹਾਨੂੰ ਬੇਨਤੀਆਂ ਕਰਨਗੇ। ਹਾਂਜੀ ਰਾਜੂ ਵੀਰ ਕੀ ਕਹਿਣਾ ਚਾਹੁੰਦੇ ਹੋ? ਬੈਠ ਤੇ ਲੈਨੂੰ ਕਰ ਜੀ ਜੀ, ਹੱਥ ਜੋੜ ਕੇ ਬੇਨਤੀ ਕਰਦੇ ਹਾਂ, ਸਬਰ ਅਤੇ ਸੰਤੋਖ ਨਾਲ ਅਸੀਂ ਆਪਣਾ ਸੰਘਰਸ਼ ਵੀ ਲੜਾਂਗੇ। ਜਦ ਤੱਕ ਮੰਨਦਾ ਨਹੀਂ ਅਸੀਂ ਬੈਠੇ ਹਾਂ ਭਾਈ, ਨਾ ਅਸੀਂ ਲੜਨਾ ਹੈ, ਨਾ ਮਾਰਨਾ ਹੈ, ਨਾ ਅੱਤਵਾਦੀਆਂ, ਨਾ ਵੱਖਵਾਦੀਆਂ। ਕਿਸਾਨ ਆ, ਕਿਸਾਨਾਂ ਦੇ ਤਰੀਕੇ ਜਿਹੜੇ ਹੈਗੇ ਆ ਉਹਦੇ ਤਰੀਕੇ ਨਾਲ ਹੀ ਅਸੀਂ ਸੰਘਰਸ਼ ਲੜਾਂਗੇ ਅਤੇ ਜਿੱਤਾਂਗੇ। ਇਹ ਮਾਤਾ ਜੀ ਹੋਣੀ ਆ ਅਤੇ ਬਾਪੂ ਅਤੇ ਮਾਤਾ ਦੋਨੋਂ ਹਸਬੈਂਡ ਵਾਈਫ ਇੱਥੇ ਸਾਡੇ ਕੋਲ ਸੇਵਾ ਕਰਵਾਉਣ ਆਏ ਨੇ। ਇਹ ਭੈਣ ਆ, ਇਹਨਾਂ ਦੀ ਬੇਟੀ ਆ, ਇਹ ਦੋਨੋਂ ਜਣੇ ਸਾਡੇ ਕੋਲ ਸਵੇਰ ਤੋਂ ਸ਼ਾਮ ਤੱਕ ਸੇਵਾ ਕਰਵਾਉਂਦੇ ਨੇ। ਬਾਪੂ ਜੀ ਇਸ ਟਾਈਮ ਤੁਹਾਨੂੰ ਆਪਾਂ ਨੂੰ 3100 ਬੰਦਾ ਦੇਖ ਰਿਹਾ, ਅਤੇ ਕੀ ਕਹਿਣਾ ਚਾਹੁੰਦੇ ਮੋਦੀ ਸਰਕਾਰ ਨੂੰ ਤੁਸੀਂ? ਠੰਡ ਤਾਂ ਨਹੀਂ ਲੱਗ ਰਹੀ? ਹੌਸਲੇ ਬੁਲੰਦ ਆ ਪੂਰੇ? ਆ ਬੇਬੇ ਮਾਂ ਚੜ੍ਹਾਉਣ ਲੱਗ ਗਈ, ਜਿਹੜੀ ਬੇਬੇ ਠੰਡ ਠੁੰਡ ਕਾਹਨੂੰ ਲੱਗਦੀ ਆ ਸਾਨੂੰ? ਇਹ ਮਾਂ ਦਾ ਸਾਡੀ ਦਾ ਹੌਸਲਾ, ਸਵੇਰ ਤੋਂ ਸ਼ਾਮ ਤੱਕ ਸਾਰਾ ਦਿਨ ਪ੍ਰਸ਼ਾਦੇ ਬਣਾਉਣੇ ਆ, ਸਾਰਾ ਦਿਨ। ਆ ਭੈਣ ਆ, ਸਾਰਾ ਦਿਨ ਪ੍ਰਸ਼ਾਦੇ ਬਣਾਉਂਦੀ ਆ, ਕੁੜੀ ਸਾਡੀ ਘਿਓ ਹੀ ਲਾਈ ਜਾਂਦੀ ਆ ਰੋਟੀਆਂ ਨੂੰ ਸਾਰਾ ਦਿਨ, ਕਈ ਪੀਪੇ ਘਿਓ ਦੇ ਨੇ ਖਵਾ ਤੇ ਲੋਕਾਂ ਨੂੰ। ਐਡੀ ਗੁਰੂ ਸਾਹਿਬ ਦੀ ਕਿਰਪਾ ਵਾ, ਨਾ ਠੰਡ ਦਾ ਡਰ ਆ, ਨਾ ਮੀਂਹ ਦਾ ਡਰ ਆ, ਹੌਸਲੇ ਪੂਰੇ ਬੁਲੰਦ ਆ। ਜਿੱਤ ਕੇ ਜਾਵਾਂਗੇ ਅਸੀਂ, ਜਿੱਤ ਕੇ ਵਾਪਸ ਜਾਵਾਂਗੇ, ਸੱਚੇ ਪਾਤਸ਼ਾਹ ਦੀ ਕਿਰਪਾ। ਜਦੋਂ ਰੁੱਸੇ ਨਾ ਕਲੰਗੀਆਂ ਵਾਲਾ ਜੱਗ ਭਾਵੇਂ ਸਾਰਾ ਰੁੱਸ ਜੇ, ਕਿਉਂ ਬਾਪੂ?
ਬੇਬੇ ਬਾਪੂ ਸਾਡੇ ਨਾਲ ਰਹੇ, ਬਾਕੀ ਸਾਨੂੰ ਕਿਸੇ ਦਾ ਡਰ ਨਹੀਂ। ਮੈਡੀਕਲ ਕੈਂਪ ਦੇਖੋ ਹਜੇ ਤੱਕਰ ਵੀ ਚੱਲੀ ਜਾਂਦਾ, ਦਵਾਈਆਂ ਜਿਹੜੀਆਂ ਦੇਈ ਜਾਂਦੇ ਨੇ ਵੀਰ ਸਾਡੇ, ਕਿਉਂਕਿ ਇਸ ਟਾਈਮ ਨਾ ਠੰਡ ਲੱਗੀ ਵਾਲੇ ਮਰੀਜ਼ ਬਹੁਤ ਆ ਰਹੇ ਨੇ। ਕਿਸੇ ਦੇ ਛਾਤੀ ਦੇ ਵਿੱਚ ਦਰਦ ਦਾ ਬਲਗਮ ਬਣ ਗਈ, ਕਿਸੇ ਨੂੰ ਉਲਟੀਆਂ ਲੱਗੀਆਂ, ਕਿਸੇ ਨੂੰ ਲੈਟਰੀਨਾਂ ਲੱਗੀਆਂ, ਕਿਉਂਕਿ ਠੰਡ ਲੱਗ ਗਈ। ਬਜ਼ੁਰਗਾਂ ਨੂੰ ਵੀ, ਨੌਜਵਾਨਾਂ ਨੂੰ ਵੀ ਬਹੁਤ ਗਿਣਤੀ ਦੇ ਵਿੱਚ ਜਿਹੜੇ ਮਰੀਜ਼ ਆ ਉਹ ਠੰਡ ਲੱਗੀ ਵਾਲੇ ਆ ਰਹੇ ਆ ਸਾਡੇ ਕੋਲ। ਠੀਕ ਆ ਜੀ ਵੀਰੇ, ਭੈਣਾਂ ਨੂੰ ਅਤੇ ਵੀਰਾਂ ਨੂੰ ਬੇਨਤੀ ਹੈ ਭਾਈ, ਅਰਦਾਸਾਂ ਕਰੋ ਇਸ ਸੰਘਾਰ 'ਚ ਅਸੀਂ ਜਲਦੀ ਤੋਂ ਜਲਦੀ ਜਿੱਤ ਸਕੀਏ। ਗੁਰੂ ਸਾਹਿਬ ਸਾਨੂੰ ਜਿਹੜਾ ਪਾਇਆ ਪੇਪਰ ਆ ਉਹਨੂੰ ਅਸੀਂ ਪਾਸ ਕਰ ਸਕੀਏ, ਅਤੇ ਤੁਹਾਨੂੰ ਵੀ ਸੱਚੇ ਪਾਤਸ਼ਾਹ ਮਹਾਰਾਜ ਚੜ੍ਹਦੀ ਕਲਾ ਬਖਸ਼ਣ, ਤੰਦਰੁਸਤੀ ਬਖਸ਼ਣ, ਅਤੇ ਜਿਹੜੇ ਭੈਣ ਭਰਾ ਨਹੀਂ ਆ ਰਹੇ ਉਹਨਾਂ ਨੂੰ ਮਹਾਰਾਜ ਸਮੱਤ ਬਖਸ਼ਣ, ਵੀ ਉਹ ਵੀ ਆਉਣ ਆ ਕੇ ਸੰਘਰਸ਼ ਦਾ ਹਿੱਸਾ ਬਣਨ ਅਤੇ ਆਪਣੀਆਂ ਸੇਵਾਵਾਂ ਇਸ ਸੰਘਰਸ਼ ਦੇ ਵਿੱਚ ਪਾਉਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖੀਰ ਦਾ ਲੰਗਰ ਅਤੁੱਟ ਵਰਤ ਰਿਹਾ ਜੀ।